ਤਾਨੂੰ ਤਾਂ ਨਾ ਤਿੰਨਾ ਚ ਗਿਣਦੇ ਆ ਨਾ 13 ਚ ਮੈਂ ਗੱਲ ਕਰ ਰਿਹਾ ਰਵਨੀਤ ਸਿੰਘ ਬਿੱਟੂ ਦੀ ਬਿੱਟੂ ਸਾਹਿਬ ਦੀ ਹੋਸਾਦੀ ਤਿੰਨਾ ਚਾਂ ਦੀ 13 ਦੀ ਆਂ ਚ ਅਸੀਂ ਤਾਂ 3 ਕਰੋੜ ਵਿੱਚੋਂ ਇੱਕ ਆਵਾਜ਼ ਕਿਉਂ ਤਾਂ ਆਮ ਆਦਮੀ ਪਾਰਟੀ ਚ ਚਲੇ ਜਾਣ ਜੇ ਜ਼ਿਆਦਾ ਹੀ ਖਿੱਚ ਮੈਂ ਤਾਂ ਹਾਲੇ ਵੀ ਕਹਿੰਦਾ ਬਿੱਟੂ ਜੀ ਮੇਰੇ ਤੇ ਪਰਸਨਲ ਆ ਗਏ ਤਿੰਨਾ ਨਾ 13 ਚ ਜਾਂ ਇਹੋ ਜਿਹੀ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਉਹ ਹਾਲੇ ਕੀ ਜ਼ਿਆਦਾ ਫਰਕ ਨਹੀਂ ਹੈ ਇਲੈਕਸ਼ਨ ਉਹ ਵੀ ਐਮਐਲਏ ਦੀ ਹਾਰੇ ਇਲੈਕਸ਼ਨ ਮੈਂ ਵੀ ਐਮਐਲਏ ਦੀ ਹਾਰੇ ਆ ਮੈਂ ਯੂਥ ਕਾਂਗਰਸ ਦੇ ਪ੍ਰਧਾਨ ਹਾਂ ਉਹ ਯੂਥ ਕਾਂਗਰਸ ਦੇ ਪ੍ਰਧਾਨ ਮੈਂ ਹਾਂ ਕਹਿੰਦੇ ਹੁਣਗੇ ਵੀ ਮੈਂ ਬਾਦਸ਼ਾਹ ਵਾਂ ਤੇ ਅਸੀਂ ਬਿੱਟੂ ਜੀ ਤੋਂ ਪਛਲੋ ਵੀ ਤੁਸੀਂ ਆਸ਼ੂ ਜੀ ਨੂੰ ਖੜਾ ਕਰ ਲੋ ਤੁਸੀਂ ਸੰਜੇ ਤਲਵਾਰ ਜੀ ਨੂੰ ਖੜਾ ਕਰ ਲੋ ਈਸ਼ਵਰ ਜੋ ਚੀਮਾ ਕੁਲਦੀਪ ਵੈਦ ਸੀਨੀਅਰ ਨੇਤਾ ਉੱਤੇ ਇੰਨੇ ਨੇ ਵਾਰ ਜਿੱਤੇ ਹੋਏ ਡਾਬਰ ਸਾਹਿਬ ਪਾਂਡੇ ਸਾਹਿਬ ਉਹ ਵੀ ਕਹਿੰਦੇ ਆ ਵੀ ਅਸੀਂ ਅਲਾਈਅੰਸ ਨਹੀਂ ਚਾਹੁੰਦੇ ਜੇ ਉੱਥੋਂ ਇੰਨੇ ਲੀਡਰਾਂ ਦੇ ਨਾਮ ਗਿਣਾਤੇ ਇਕੱਲੇ ਰਵਨੀਤ ਬਿੱਟੂ ਨੂੰ ਤੁਹਾਨੂੰ ਕਿਉਂ ਲੱਗਦਾ ਕਿ ਉਹ ਕਹਿੰਦੇ ਆ ਕਿ ਜਿਵੇਂ ਹੁਣ ਉੱਤੇ ਫੈਸਲਾ ਹੋ ਗਿਆ ਉਹੀ ਚੱਲਣ ਦੇ ਉੱਥੱਲੇ ਉੱਪਰ ਫੈਸਲਾ ਕਦੋਂ ਹੋ ਗਿਆ ਭਾਈ ਕਮਾਂਡ ਨੇ ਕਿਤੇ ਅਨਾਉਂਸ ਕਰਤਾ ਵੀ ਅਲਾਈਅੰਸ ਹੋ ਗਿਆ ਕਿਹੜੇ ਮੂਨਾ ਲੋਕਾਂ ਨੂੰ ਜਾ ਕੇ ਕਵਾਂਗੇ ਵੀ 2 ਸਾਲ ਅਸੀਂ ਇਹਨਾਂ ਦਾ ਭੰਡ ਪ੍ਰਚਾਰ ਕਰਦੇ ਪਏ ਆ ਵੀ ਹੁਣ ਅਸੀਂ ਸਟੇਜਾਂ ਤੇ ਇਕੱਠੇ ਹੋ ਕੇ ਇਹਨਾਂ ਨੂੰ ਵੋਟ ਪਾ ਦਿਓ ਬੰਦਿਆਂ ਨੂੰ ਇਹਨਾਂ ਨੇ ਜੇਲ੍ਹਾਂ ਚ ਟੱਕਿਆ ਉਹਨਾਂ ਨਾਲ ਭਗਵੰਤ ਮਾਨ ਸਟੇਜ ਸ਼ੇਅਰ ਕਰ ਲਓ ਆਪਣਾ ਪ੍ਰਤਾਪ ਬਾਜਵਾ ਨੂੰ ਭਗਵੰਤ ਮਾਨ ਨੂੰ ਰਾਜਾ ਵੜਿੰਗ ਜੀ ਨੂੰ ਸੁਖਪਾਲ ਖੈਰੇ ਤੋਂ ਲੈ ਕੇ ਸੁਖੀ ਰੰਧਾਵੇ ਤੋਂ ਲੈ ਕੇ ਤੁਸੀਂ ਨਾ ਸਾਰਿਆਂ ਨੂੰ ਇੱਕ ਸਟੇਜ ਤੇ ਭਗਵੰਤ ਮਾਨ ਦੇ ਨਾਲ ਬਿਠਾ ਦੋਗੇ ਔਰ ਅਗਰ ਇਹ ਬਹਿ ਸਕਦੇ ਆ ਤੇ ਫਿਰ ਉਹ ਰਾਜਨੀਤੀ ਅਸੀਂ ਨਹੀਂ ਕਰ ਸਕਦੇ ਬੀਜਪੀ ਨੂੰ ਇੱਥੇ ਤਕੜਾ ਕਰਨ ਵਾਸਤੇ ਅਲਾਈਅੰਸ ਕਰ ਰਹੇ ਹੋ ਜਾਂ ਤੁਸੀਂ ਆਪਣੀ ਯਾਰੀਆਂ ਪੁਕਾਰੇ ਹੋ ਤੁਹਾਨੂੰ ਕਿਉਂ ਲੱਗਦਾ ਹੈ ਕਿ ਰਵਨੀਤ ਸਿੰਘ ਬਿੱਟੂ ਜਾਂ ਹੋਰ ਨਾ ਐਮਪੀ ਜਿਹੜੇ ਕਾਂਗਰਸ ਦੇ ਵੱਲੋਂ ਆ ਪਰਲਿਮੈਂਟ 'ਚ ਕਾਂਗਰਸ ਦੀ ਹਾਜ਼ਰੀ ਭਰਦੇ ਆ ਇੱਥੇ ਆ ਕੇ ਕਹਿੰਦੇ ਸੀਐਮ ਸਾਹਿਬ ਸਾਡੇ ਯਾਰ ਆ ਇੱਕ ਪਾਸੇ ਤੋਂ ਬੰਦਾ ਪਰਚੇ ਕਰਾ ਰਿਆ ਭਗਵੰਤ ਮਾਨ ਅਸੀਂ ਕਹਿੰਦੇ ਹਾਂ ਝੂਠੇ ਪਰਚੇ ਕਰਾ ਰਿਆ ਫਿਰ ਤੁਸੀਂ ਉਹਨਾਂ ਨਾਲ ਗੱਲਾਂ ਮਾਰਦੇ ਹੋ ਔਰ ਤੁਹਾਡੇ ਨੇੜਲੇ ਬੰਦਿਆਂ ਤੇ ਪਰਚੇ ਹੋਏ ਆ ਰਵਨੀਤ ਬਿੱਟੂ ਜੀ ਦੇ ਨੇੜੇ ਕੌਣ ਆ ਭਰਤਪੂਸ਼ ਆਸ਼ੂ ਨੇੜੇ ਆ ਤੂੰ ਇਹਦੇ ਨਾਲ ਫੋਨ ਤੇ ਗੱਲਾਂ ਕਰਕੇ ਤਰੀਫਾਂ ਵੀ ਕਰਦੇ ਆ ਕਿਹੜੇ ਭਗਵੰਤਮਾਨ ਨੇ ਕੰਮ ਚੰਗਾ ਕੀਤਾ ਪੀਸੀਸੀ ਸੀਐਲਪੀ ਰੋਜ਼ ਰਾਜਾ ਵੜਿੰਗ ਹੋਣੀ ਰੋਜ਼ ਧਰਨੇ ਲਾ ਰਹੇ ਆ ਕਦੀ ਮੋਗੇ ਧਰਨਾ ਲੱਗਾ ਕਦੀ ਹੁਸ਼ਿਆਰਪੁਰ ਲੱਗ ਰਿਹਾ ਕਦੀ ਪਟਿਆਲੇ ਲੱਗ ਰਿਹਾ ਕਦੀ ਮਾਨਸੇ ਲੱਗ ਰਿਹਾ ਕੰਪੰਸੇਸ਼ਨ ਅਸੀਂ ਮੰਗ ਰਹੇ ਆ ਮੈਨੂੰ ਦਿਖਾ ਦਿਓ ਸਰਕਾਰ ਦੇ ਉੱਤੇ ਅੱਜ ਤੱਕ ਬਿੱਟੂ ਸਾਹਿਬ ਨੇ ਇੱਕ ਵੀ ਬਿਆਨ ਦਿੱਤਾ ਹੋਵੇ ਉਹ ਵਜਾ ਕੀ ਲੱਗਦੀ ਹੈ ਕਿਉਂ ਨਹੀਂ ਬੋਲਦੇ ਕੋਈ ਵੀ ਬੰਦਾ ਕਹਦੇ ਬਿੱਟੂ ਸਾਹਿਬ ਦਾ ਪਿਛਲੇ 2 ਸਾਲਾਂ ਚ ਕੋਈ ਇੱਕ ਬਿਆਨ ਭਗਵੰਤ ਮਾਨ ਦੇ ਉਲਟਾਇਆ ਹੋਵੇ ਉਹ ਕੰਗਣਾ ਰਣੌਤ ਤੋਂ ਸ਼ੁਰੂ ਹੋ ਕੇ ਦਿਲਜੀਤ ਦੁਸਾਂਝ ਤੱਕ ਪਹੁੰਚ ਜਾਂਦੇ ਆ ਕਿਤੇ ਕੋਈ ਗੱਲ ਹੋਈ ਹੋਵੇ ਬਿੱਟੂ ਸਾਹਿਬ ਨੇ ਉਹਦੇ ਵਿੱਚ ਆਪਣੀ ਜ਼ਰੂਰ ਟਿੱਪਣੀ ਦੇ ਦੇਣੀ ਹੁੰਦੀ ਆ ਮੈਨੂੰ ਕਹੋ ਤਾਂ ਸਹੀ ਵੀ ਕੋਈ ਇੱਕ ਪੰਜਾਬ ਦੇ ਮੁੱਦੇ ਦੇ ਉੱਤੇ ਤਾਂ ਆਪਾਂ ਬੋਲ ਲਈ ਆਪਾਂ ਹਰ ਵਾਰ ਪੰਜਾਬ ਦੇ ਵਿਰੋਧੀ ਖੜਨਾ ਪੰਜਾਬ ਦੀ ਸਿਆਸਤ ਵਿੱਚ ਕੋਈ ਨਾ ਕੋਈ ਗੱਲ ਇਹ ਜਿਹੀ ਸਾਹਮਣੇ ਆਉਂਦੀ ਆ ਧਿਆਨ ਕੇਂਦਰਿਤ ਕਰ ਲੈਂਦੀ ਆ ਸੱਤਾ ਧਿਰ ਦੇ ਅੰਦਰ ਕੀ ਚੱਲ ਰਿਹਾ ਇਸ ਦੇ ਉੱਤੇ ਫੋਕਸ ਕਈ ਵਾਰਾਂ ਘੱਟ ਹੋ ਜਾਂਦਾ ਹੈ ਪ੍ਰੋਪੋਜੀਸ਼ਨ ਖਿਲ ਰਹੀ ਖਿਲ ਰਹੀ ਕਿਵੇਂ ਹੈ ਕਿਉਂ ਖਿਲ ਰਹੀ ਹੈ ਸਮੇਟੀ ਕਿਵੇਂ ਜਾਣੀ ਹੈ ਇਸ ਦੇ ਉੱਤੇ ਜ਼ਿਆਦਾ ਚਰਚਾ ਹੋ ਜਾਂਦੀ ਹੈ ਇਸ ਵਕਤ ਮੇਰੇ ਨਾਲ ਨੇ ਕਾਂਗਰਸ ਦੇ ਉਹ ਆਗੂ ਜਿਹੜੇ ਵਿਵਾਕੀ ਨਾਲ ਕਾਂਗਰਸ ਦੇ ਅੰਦਰ ਵੀ ਤੇ ਸਰਕਾਰ ਨੂੰ ਵੀ ਘੇਰ ਲੈਂਦੇ ਆ ਬਰਿੰਦਰ ਸਿੰਘ ਢਿੱਲੋਂ ਪਰ ਇਹਨਾਂ ਦੇ ਬਾਰੇ ਵੀ ਬਹੁਤੇ ਕਾਂਗਰਸੀ ਔਖੇ ਹੋਏ ਫਿਰਦੇ ਆ ਤਾਜ਼ਾ ਬਿਆਨ ਆਇਆ ਢਿੱਲੋਂ ਸਾਹਿਬ ਬੇਸ਼ੱਕ ਤੁਸੀਂ ਕਾਂਗਰਸ ਦੇ ਅੰਦਰ ਵੀ ਔਰ ਸਰਕਾਰ ਨੂੰ ਵੀ ਸਵਾਲ ਕਰਨ ਦੀ ਜ਼ਰੂਰਤ ਰੱਖਦੇ ਹੋ ਕਈ ਵਾਰੀ ਵੀਡੀਓ ਤੁਹਾਡੀਆਂ ਵਾਇਰਲ ਹੋ ਜਾਂਦੀ ਹੈ ਕਿ ਮੈਂ ਤਾਂ ਬੋਲੂਗਾ ਦਾ ਠੀਕ ਹੈ ਪਰ ਤੁਹਾਡੇ ਆਪਣੇ ਵੀ ਕਈ ਤੁਹਾਡੇ ਤੋਂ ਔਖੇ ਹੋਏ ਫਿਰਦੇ ਆ ਤੁਹਾਨੂੰ ਤਾਂ ਨਾ ਤਿੰਨਾਂ ਚ ਗਿਣਦੇ ਆ ਨਾ 13 ਚ ਮੈਂ ਗੱਲ ਕਰ ਰਿਹਾ ਰਵਨੀਤ ਸਿੰਘ ਬਿੱਟੂ ਦੀ ਤਾਜ਼ਾ ਇੱਕ ਇੰਟਰਵਿਊ ਚ ਕਹਿ ਰਿਹਾ ਕਹਿੰਦੇ ਕੌਣ ਆ ਬ੍ਰਿੰਦਰ ਸਿੰਘ ਢਿੱਲੋਂ ਚਲੋ ਵੱਡੇ ਆ ਉਹ ਉਹਨਾਂ ਦੇ ਬਾਰੇ ਮੈਂ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਨਾ ਮੇਰੀ ਤਿੰਨਾਂ 13 ਦੀ ਰੇਸ ਹੈਗੀ ਆ ਬਿੱਟੂ ਸਾਹਿਬ ਦੀ ਹੋ ਸਕਦੀ ਤਿੰਨਾਂ ਚਾਂ ਦੀ 13 ਦੀਾਂ ਚ ਅਸੀਂ ਤਾਂ 3 ਕਰੋੜ ਵਿੱਚੋਂ ਇੱਕ ਆਵਾਜ਼ ਆ ਸੋ ਸਾਡੀ ਕੋਈ ਆ ਹੋਰ ਆਮ ਪਾਰਟੀ ਦੇ ਮਤਲਬ ਇੱਕ ਤਰ੍ਹਾਂ ਤੋਂ ਕੋਈ ਆਮ ਜੇ ਸਧਾਰਨ ਜੇ ਵਰਕਰ ਆ ਠੀਕ ਆ ਉਹ ਹੋ ਸਕਦੇ ਉਹਨਾਂ ਦਾ ਮਤਲਬ ਅਗਰ ਕਿ ਇਹ ਵਿਰਾਸਤ ਇਰਾਨ ਕੇ ਨਵਾਣੇ ਜੇ ਬਣ ਰਹੇ ਹੋ ਪਹਿਲਾਂ ਤਾਂ ਚੈਲੰਜ ਕਰਤਾ ਸੀ ਕਿ ਉਹ ਤਾਂ ਆਵਾਦਮੀ ਪਾਰਟੀ ਚ ਚਲੇ ਜਾਣ ਜੇ ਜਿਆਦਾ ਹੀ ਖਿੱਚ ਮੈਂ ਤਾਂ ਹਾਲੇ ਵੀ ਕਹਿੰਦਾ ਉਹ ਇੱਕ ਮੁੱਦਾ ਵੱਖਰਾ ਵਾ ਉਹ ਪਰਸਨਲ ਹੋ ਗਈ ਬਿੱਟੂ ਜੀ ਬਿੱਟੂ ਜੀ ਮੇਰੇ ਤੇ ਪਰਸਨਲ ਆ ਗਏ 3 ਜਾਂ 13 ਚ ਜਾਂ ਇਹੋ ਜੀ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਉਹ ਮੈਂ ਉਹ ਹੀ ਕਹਿੰਦਾ ਨਾ ਵੀ ਉਹ ਤਾਂ ਉਹਨਾਂ ਨੂੰ ਰਾਜਨੀਤੀ ਜਿਹੜੀ ਆ ਉਹ ਵਿਰਾਸਤ ਚ ਮਿਲੀ ਆ ਕੀ ਉਹਨਾਂ ਦੀ ਰਾਜਨੀਤੀ ਦੇ ਵਿੱਚ ਉਹਨਾਂ ਨੇ ਨਾ ਬੱਸਾਂ ਭਰੀਆਂ ਕਦੀ ਤੇ ਨਾ ਉਹਨਾਂ ਨੇ ਕਦੀ ਆਪਣਾ ਕੀ ਕਹਿੰਦੇ ਮੇਰੇ ਹਿਸਾਬ ਨਾਲ ਕਿਤੇ ਰਗੜੇ ਖਾਦੇ ਹੋਣੇ ਆ ਸਿੱਧਾ ਘਰੇ ਬੈਠੇ ਸੀ ਕਰੋ ਭਰਾ ਨੇ ਕਿਹਾ ਸਿੱਧਾ ਜਾ ਕੇ ਯੂਥ ਕਾਂਗਰਸ ਦਾ ਪ੍ਰਧਾਨ ਬਣ ਗਏ ਉਸ ਤੋਂ ਬਾਅਦ ਸਿੱਧਾ ਐਮਪੀ ਬਣ ਗਏ ਸੋ ਸਾਡਾ ਬੜਾ ਫਰਕ ਆ ਆਪਸ ਵਿੱਚ ਔਰ ਗੱਲ ਸਹੀ ਹੈ ਉਹ 3 ਨਾ 13 ਵਾਲੀ ਰੇਸ ਚ ਉਹ ਹੈਗੇ ਅਸੀਂ ਤਾਂ ਆਮ ਜਿਹੇ ਬੰਦੇ ਆ ਸਾਡਾ ਕੋਈ ਰਾਜਨੀਤੀ ਮੈਨੂੰ ਵਿਰਾਸਤ ਚ ਨਹੀਂ ਮਿਲੀ ਮੈਂ ਤਾਂ ਮੈਨੂੰ 20 22 ਸਾਲ ਹੋ ਗਏ ਆਪਣਾ ਕੀ ਕਹਿੰਦੇ ਜਿੰਨੀ ਕਿ ਮੈਂ ਸਟੂਡੈਂਟ ਪੋਲਿਟਿਕਸ ਯੂਥ ਪੋਲਿਟਿਕਸ ਵਿੱਚੋਂ ਨਿਕਲ ਕੇ ਆਪ ਰਗੜੇ ਰੂੜੇ ਖਾ ਖੂ ਕੇ ਅਸੀਂ ਇੱਥੇ ਤੱਕ ਪਹੁੰਚੇ ਆਂ ਮੁਕਾਮਾਂ ਤੱਕ ਪਹੁੰਚੇ ਆਂ ਹਾਲੇ ਕਿ ਜਿਆਦਾ ਫਰਕ ਨਹੀਂ ਐ ਇਲੈਕਸ਼ਨ ਉਹ ਵੀ ਐਮਐਲਏ ਦੀ ਹਾਰੇ ਇਲੈਕਸ਼ਨ ਮੈਂ ਵੀ ਐਮਐਲਏ ਦੀ ਹਾਰੇ ਆ ਮੈਂ ਯੂਥ ਕਾਂਗਰਸ ਦੇ ਪ੍ਰਧਾਨ ਉਹ ਯੂਥ ਕਾਂਗਰਸ ਦੇ ਪ੍ਰਧਾਨ ਮੈਂ ਆ ਲੇਕਿਨ ਫਰਕ ਵੱਡਾ ਐ ਆ ਵੀ ਉਹਨਾਂ ਨੂੰ ਵਿਰਾਸਤ ਚ ਮਿਲੀ ਆ ਠੀਕ ਆ ਉਹ ਸ਼ਾਇਦ ਆਮ ਬੰਦੇ ਨੂੰ ਨਹੀਂ ਸਮਝਦੇ ਹੋਣਗੇ ਕੁਝ ਉਹ ਕਹਿੰਦੇ ਹੋਣਗੇ ਵੀ ਮੈਂ ਬਾਦਸ਼ਾਹ ਆ ਤੇ ਅਸੀਂ ਆਪਣੀ ਨਜ਼ਰ ਚ ਬਾਦਸ਼ਾਹ ਆ ਸੋ ਅਸੀਂ ਇਹ ਮਸਲਾ ਨਹੀਂ ਹੈਗਾ ਕੋਈ ਇਹ ਗੱਲ ਦਾ ਮੁੱਦਾ ਬਣ ਗਿਆ ਮੀ ਮਤਲਬ ਇਹ ਬਣ ਮੁੱਦਾ ਕੀ ਸੀ ਮੁੱਦਾ ਇਹ ਸੀ ਮੀ ਅਲਾਈਅੰਸ ਦੀ ਵਰਕਰਾਂ ਦੀ ਆਵਾਜ਼ ਕੀ ਆ ਮੁੱਦਾ ਇਹ ਸੀ ਵੀ ਅਲਾਈਅੰਸ ਜਿਹੜਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਔਰ ਅਸੀਂ ਅਸੀਂ ਕਿਹੜਾ ਕਹਿੰਦੇ ਹਾਈ ਕਮਾਂਡ ਤੋਂ ਬਾਹਰ ਹੋ ਕੇ ਮੀ ਮਤਲਬ ਵੀ ਅਸੀਂ ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਈ ਕਮਾਂਡ ਵੀ ਵਰਕਰਾਂ ਦੀ ਆਵਾਜ਼ ਸੁਣੇ ਪੰਜਾਬ ਦਾ ਯੂਨਿਟ ਇਹ ਨਹੀਂ ਚਾਹੁੰਦਾ ਅਲਾਈਅੰਸ ਹੋਵੇ ਤੁਹਾਡੇ ਆਪ ਦੇ ਨੇੜਲੇ ਬੰਦੇ ਨਹੀਂ ਜਾਂਦੇ ਬਿੱਟੂ ਜੀ ਤੋਂ ਪੁੱਛ ਲਓ ਵੀ ਤੁਸੀਂ ਆਸ਼ੂ ਜੀ ਨੂੰ ਖੜਾ ਕਰ ਲਓ ਤੁਸੀਂ ਸੰਜੇ ਤਲਵਾਰ ਜੀ ਨੂੰ ਖੜਾ ਕਰ ਲਓ ਈਸ਼ਵਰ ਜੋਤ ਚੀਮਾ ਕੁਲਦੀਪ ਵੈਦ ਸੀਨੀਅਰ ਨੇਤਾ ਉੱਥੇ ਇਨੇ ਨੇ ਵਾਰ ਜਿੱਤੇ ਹੋਏ ਡਾਬਰ ਸਾਹਿਬ ਪਾਂਡੇ ਸਾਹਿਬ ਆਪਣਾ ਕਹਿੰਦੇ ਹੋਰ ਉੱਥੋਂ ਮਤਲਬ ਜਿੰਨੇ ਉਹਨਾਂ ਦੇ ਹਲਕੇ ਦੇ ਲੋਕ ਆ ਉਹਨਾਂ ਦੇ 95 ਕਾਉਂਸਲਰ ਆ ਉਹ ਵੀ ਕਹਿੰਦੇ ਆ ਵੀ ਅਸੀਂ ਅਲਾਈਅੰਸ ਨਹੀਂ ਚਾਹੁੰਦੇ ਫਿਰ ਉੱਥੋਂ ਇਨੇ ਲੀਡਰਾਂ ਦੇ ਨਾਮ ਗਿਣਾ ਤੇ ਇਕੱਲੇ ਰਵਨੀਤ ਬਿੱਟੂ ਨੂੰ ਤੁਹਾਨੂੰ ਕਿਉਂ ਲੱਗਦਾ ਕਿ ਉਹ ਕਹਿੰਦੇ ਆ ਕਿ ਜਿਵੇਂ ਹੁਣ ਉੱਤੇ ਫੈਸਲਾ ਹੋ ਗਿਆ ਉਹੀ ਚੱਲਣ ਦਿਓ ਥੱਲੇ ਉੱਪਰ ਫੈਸਲਾ ਕਦੋਂ ਹੋ ਗਿਆ ਕਾਂਟੇਬੀ ਆ ਕੀ ਉੱਪਰ ਫੈਸਲਾ ਹੋ ਗਿਆ ਹੂੰ ਕੀ ਇਹ ਜਿਹੜਾ ਤੁਸੀਂ ਫੈਸਲਾ ਤੁਸੀਂ ਕਹਿ ਰਹੇ ਹੋ ਇਹ ਪੀਸੀਸੀ ਔਰ ਸੀਐਲਪੀ ਨੇ ਕਨਵੇ ਕਰਨਾ ਨਾ ਮੈਂ ਤਾਂ ਆਪਣੇ ਵੱਲੋਂ ਇੱਕ ਵਰਕਰ ਇੱਕ ਨਾਰਮਲ ਵਰਕਰ ਦੇ ਤੌਰ ਤੇ ਸੈਂਟੀਮੈਂਟ ਰੱਖਿਆ ਸੀ ਯਾਰ ਅਸੀਂ ਐਸਾ ਐਲਾਈਅੰਸ ਨਹੀਂ ਚਾਹਦੇ ਹੂੰ ਹੁਣ ਅਗਰ ਹਾਈ ਕਮਾਂਡ ਨੇ ਕਿਤੇ ਅਨਾਉਂਸ ਕਰਤਾ ਵੀ ਐਲਾਈਅੰਸ ਹੋ ਗਿਆ ਹੂੰ ਕਿਤੇ ਠੀਕ ਆ ਉਹਦਾ ਸਾਰੇ ਔਟਕਲਾ ਲਾਈ ਜਾ ਰਹੇ ਆ ਉਹਨਾਂ ਦੀ ਫੋਟੋ ਲੱਗੀ ਉਹ ਬੀਜੇਪੀ ਦੇ ਉਲਟ ਇਕੱਠੇ ਹੋਏ ਆ ਹੂੰ ਠੀਕ ਆ ਬਿਲਕੁਲ ਇੱਥੇ ਬੀਜੇਪੀ ਹੈ ਹੀ ਨਹੀਂ ਹੂੰ ਜਾਂ ਤਾਂ ਇੱਥੇ ਬੀਜੇਪੀ ਹੋਵੇ ਨਾ ਬੀਜੇਪੀ ਤੀਜੇ ਨੰਬਰ ਦੀ ਹੋਵੇ ਚੌਥੇ ਦੀ ਹੋਵੇ ਤੇ ਤਾਂ ਪਤਾ ਹੀ ਨਹੀਂ ਬੀਜੇਪੀ ਹੈ ਕਿੱਥੇ ਆ ਤੂੰ ਫਿਰ ਇੱਥੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਆ ਮੁੱਖ ਧਿਰ ਦੇ ਵਿੱਚ ਸਰਕਾਰ ਦੇ ਵਿੱਚ ਆਮ ਆਦਮੀ ਆ ਉਹਨਾਂ ਇਹਨਾਂ ਦਾ 2.5 ਸਾਲ ਹੋ ਜਾਣਗੇ ਜਦੋਂ ਤੱਕ ਇਲੈਕਸ਼ਨ ਆਊਗੀ ਹੁਣ ਉਹ 2.5 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਹਾਲਾਤ ਕਰਤੇ ਪੰਜਾਬ ਦੇ ਅਸੀਂ ਕਿਹੜੇ ਮੂਨਾ ਲੋਕਾਂ ਨੂੰ ਜਾ ਕੇ ਕਵਾਂਗੇ ਵੀ 2 ਸਾਲ ਅਸੀਂ ਇਹਨਾਂ ਦਾ ਭੰਡ ਪ੍ਰਚਾਰ ਕਰਦੇ ਪਏ ਆ ਵੀ ਹੁਣ ਅਸੀਂ ਸਟੇਜਾਂ ਤੇ ਇਕੱਠੇ ਹੋ ਕੇ ਇਹਨਾਂ ਨੂੰ ਵੋਟ ਪਾ ਦਿਓ ਲੋਕੀ ਬੇਵਕੂਫ ਥੋੜਾ ਲੋਕਾਂ ਨੂੰ ਕੀ ਸਮਝਾਵਾਂਗੇ ਜਿਹੜੇ ਵਰਕਰਾਂ ਤੇ ਤਸ਼ੱਦਤਾਂ ਕੀਤੀਆਂ ਹੁਣੇ ਕੌਂਸਲਰ ਦੀ ਇਲੈਕਸ਼ਨ ਆ ਜਣੀ ਸਰਪੰਚੀ ਦੀ ਇਲੈਕਸ਼ਨ ਆ ਜਣੀਆਂ ਉਹਦੇ ਵਿੱਚ ਫਿਰ ਇਹਨਾਂ ਦੇ ਨਾਲ ਵਿਰੋਧ ਲੜਨਾ ਲੋਕਾਂ ਦੇ ਵਿੱਚ ਆਪਣਾ ਮਜ਼ਾਕ ਤਾਂ ਨਾ ਬਣਵਾਈਏ ਨਾ ਹੁਣ ਜੇ ਕੋਈ ਬਣਵਾਉਣਾ ਚਾਹਦਾ ਆਪਣਾ ਮਜ਼ਾਕ ਤੇ ਉਹ ਵੱਖਰੀ ਗੱਲ ਆ ਜੇ ਪ੍ਰੈਕਟੀਕਲੀ ਤੁਸੀਂ ਸੋਚ ਰਹੇ ਹੋ ਜਿਵੇਂ ਤੁਹਾਡੀ ਗੱਲ ਚ ਦਲੀਲ ਠੀਕ ਹੈ ਕਿ ਅਸੀਂ ਜਿੰਨਾ ਖਿਲਾਫ ਲੜੀ ਜਾਂਦੇ ਆ ਕੱਲ ਨੂੰ ਉਹਨਾਂ ਦੇ ਵਾਸਤੇ ਵੋਟਾਂ ਕਿਵੇਂ ਮੰਗਾਗੇ ਪਰ ਜੇ ਫਾਈਨਲ ਇਹੀ ਹੋ ਜਾਂਦਾ ਉਤੋਂ ਹਾਈ ਕਮਾਂਡ ਵੱਲੋਂ ਕਾਂਗਰਸ ਵੱਲੋਂ ਕਿ ਨਹੀਂ ਯਾਰ ਇਕੱਠੇ ਤੁਸੀਂ ਲੜੋ ਪੰਜਾਬ ਚ ਵੀ ਫਿਰ ਲੜੋਗੇ ਜਦੋਂ ਅਲਾਈਅੰਸ ਪ੍ਰੈਕਟੀਕਲੀ ਹੋ ਹੀ ਨਹੀਂ ਸਕਣਾ ਵਰਕਰ ਤੁਹਾਡਾ ਜਿਲ੍ਹਾ ਦਾ ਜਿਹਦੇ ਤੇ ਜਿੰਨਾ ਤੇ ਇਹਨਾਂ ਨੇ ਤਸ਼ੱਦਦਾਂ ਕੀਤੀਆਂ ਹੋਣਗੀਆਂ ਜਿੰਨਾ ਬੰਦਿਆਂ ਨੂੰ ਇਹਨਾਂ ਨੇ ਜੇਲ੍ਹਾਂ ਚ ਢੱਕਿਆ ਉਹਨਾਂ ਨਾਲ ਭਗਵੰਤ ਮਾਨ ਸਟੇਜ ਸ਼ੇਅਰ ਕਰ ਲੋ ਚਲੋ ਛੋਟੇ ਵਰ ਕਰ ਦਿੱਤੇ ਗੱਲ ਛੱਡ ਦਿਓ ਸਾਡੇ ਵਰਗਿਆਂ ਦੀ ਛੱਡ ਗੱਲ ਛੱਡ ਦਿਓ ਜਿਹੜੇ ਵੱਡੇ ਲੀਡਰ ਆ ਤੁਸੀਂ ਆਪਣਾ ਪ੍ਰਤਾਪ ਬਾਜਵਾ ਨੂੰ ਭਗਵੰਤ ਮਾਨ ਨੂੰ ਰਾਜਾ ਵੜਿੰਗ ਜੀ ਨੂੰ ਹੋਰ ਸਾਡੀ ਪਾਰਟੀ ਦੇ ਲੀਡਰਾਂ ਨੂੰ ਸੁਖਪਾਲ ਖਹਿਰੇ ਤੋਂ ਲੈ ਕੇ ਤੁਸੀਂ ਆਪਣਾ ਕੀ ਕਹਿੰਦੇ ਸੁਖੀ ਰੰਧਾਵੇ ਤੋਂ ਲੈ ਕੇ ਤੁਸੀਂ ਨਾ ਸਾਰਿਆਂ ਨੂੰ ਇੱਕ ਸਟੇਜ ਤੇ ਭਗਵੰਤ ਮਾਨ ਦੇ ਨਾਲ ਬਿਠਾ ਦੋਗੇ ਐਲਾਈਅੰਸ ਪ੍ਰੈਕਟੀਕਲ ਹੋਣ ਵਾਸਤੇ ਵੀ ਕੁਝ ਨਾ ਕੁਝ ਚਾਹੀਦਾ ਔਰ ਅਗਰ ਇਹ ਬਹਿ ਸਕਦੇ ਆ ਤੇ ਫਿਰ ਉਹ ਰਾਜਨੀਤੀ ਅਸੀਂ ਨਹੀਂ ਕਰ ਸਕਦੇ ਇੰਨਾ ਕੁਝ ਕਹਿਣ ਤੋਂ ਬਾਅਦ ਅਸੀਂ ਕਹੀਏ ਭਾਈ ਕਮਾਂਡ ਨੂੰ ਅਸੀਂ ਆਪਣੀ ਗੱਲ ਨਾ ਰੱਖ ਸਕੀ ਹਾਈ ਕਮਾਂਡ ਸਾਡੀ ਹਾਈ ਕਮਾਂਡ ਆ ਸਾਡੀ ਪਾਰਟੀ ਆ ਹੂੰ ਜੇ ਵੱਡੇ ਲੀਡਰ ਏਡੀ ਗੱਲ ਉੱਥੇ ਨਹੀਂ ਰੱਖ ਸਕਦੇ ਹੂੰ ਤੇ ਫਿਰ ਅਸੀਂ ਰਾਜਨੀਤੀ ਵਿੱਚ ਕਾਦੇ ਵਾਸਤੇ ਅਸੀਂ ਆਪਣੇ ਵਰਕਰਾਂ ਦਾ ਸੈਂਟੀਮੈਂਟ ਨਹੀਂ ਮੰਨ ਸਕਦੇ ਹੂੰ ਅਸੀਂ ਕਹਿੰਦਾ ਜੀ ਵੱਡੀ ਪਿਕਚਰ ਵਾਸਤੇ ਹੋ ਜੋ ਪੰਜਾਬ ਦੇ ਵਿੱਚ ਬੀਜੇਪੀ ਹੈਗੀ ਆ ਹੂੰ ਯਾਂ ਤਾਂ ਇੱਥੇ ਬੀਜੇਪੀ ਬਹੁਤ ਵੱਡੇ ਪੱਧਰ ਦੇ ਉੱਤੇ 13 ਦੇ 13 ਵਿੱਚੋਂ 13 ਸੀਟਾਂ ਲੈ ਕੇ ਜਾਣ ਦੀ ਸ਼ਮਤਾ ਹੋਵੇ ਉਹ 13 ਵਿੱਚੋਂ 1 2 ਤੇ ਮਸਾਂ ਖੜੇ ਹੁੰਦੇ ਆ ਹੂੰ ਬਾਕੀ ਤਾਂ ਕਾਂਗਰਸ ਆਪਣਾ ਆਮ ਆਦਮੀ ਔਰ ਜੋ ਮਾੜਾ ਮੋਟਾ ਕਾਲੀ ਦਾ ਲਗਾ ਵਾ ਉਹਦੇ ਵਿੱਚ ਆ ਨਾ ਤੇ ਇਹ ਤਾਂ ਸਾਰੇ ਬੀਜੇਪੀ ਦੇ ਉਲਟਾ ਤੇ ਫਿਰ ਤੁਸੀਂ ਬੀਜੇਪੀ ਨੂੰ ਇੱਥੇ ਤਕੜਾ ਕਰਨ ਵਾਸਤੇ ਅਲਾਈਅੰਸ ਕਰ ਰਹੇ ਹੋ ਜਾਂ ਤੁਸੀਂ ਆਪਣੀ ਯਾਰੀਆਂ ਪੁਕਾਰੇ ਹੋ ਤੁਸੀਂ ਯਾਰੀਆਂ ਦੀ ਗੱਲ ਫੇਰ ਕੀਤੀ ਹੈ ਪਹਿਲਾਂ ਵੀ ਇੱਕ ਸਲਾਹ ਦਿੱਤੀ ਸੀ ਕਿ ਜਿਆਦਾ ਹੀ ਚਾਹਿਆ ਤੇ ਜਾ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾ ਉਧਰੋਂ ਟਿਕਟ ਲੈ ਲਓ ਹਾਲੇ ਤਾਂ ਟਿਕਟਾਂ ਦਾ ਵੀ ਫੈਸਲਾ ਨਹੀਂ ਹੋਇਆ ਤੁਹਾਨੂੰ ਕਿਉਂ ਲੱਗਦਾ ਹੈ ਕਿ ਰਵਨੀਤ ਸਿੰਘ ਬਿੱਟੂ ਜਾਂ ਹੋਰ ਨਾ ਐਮਪੀ ਜਿਹੜੇ ਕਾਂਗਰਸ ਦੇ ਵੱਲੋਂ ਆ پارਲੀਮੈਂਟ ਚ ਕਾਂਗਰਸ ਦੀ ਹਾਜ਼ਰੀ ਭਰਦੇ ਐ ਇੱਥੇ ਆ ਕੇ ਕਹਿੰਦੇ ਸੀਐਮ ਸਾਹਿਬ ਸਾਡੇ ਯਾਰ ਦੇਖੋ ਮਰੀ ਮੰਦ ਭਾਗੀ ਗੱਲ ਆ ਮਤਲਬ ਮੈਂ ਮੈਂ ਫਿਰ ਤੁਹਾਨੂੰ ਕਹਿੰਦਾ ਮੇਰੇ ਮੇਰੀ ਕੋਈ ਉਹਨਾਂ ਨਾਲ ਪਰਸਨਲ ਕੋਈ ਕਿਸੇ ਗੱਲ ਦੇ ਉੱਤੇ ਇਸ਼ੂ ਨਹੀਂ ਹੈਗਾ ਸਾਡਾ ਤਾਂ ਇੱਕ ਰਾਜਨੀਤਿਕ ਇਸ਼ੂ ਸੀਗਾ ਲੇਕਿਨ ਪਰਸਨਲ ਕਦੋਂ ਮੰਨ ਜਾਂਦਾ ਵਾ ਜਦੋਂ ਇਹ ਲੱਗਦਾ ਵੀ ਯਾਰ ਇੱਕ ਪਾਸੇ ਤੋਂ ਬੰਦਾ ਪਰਚੇ ਕਰਾ ਰਿਹਾ ਭਗਵੰਤ ਮਾਨ ਅਸੀਂ ਕਹਿੰਦੇ ਉਹ ਝੂਠੇ ਪਰਚੇ ਕਰਾ ਰਿਹਾ ਫਿਰ ਤੁਸੀਂ ਉਹਨਾਂ ਨਾਲ ਗੱਲਾਂ ਮਾਰਦੇ ਹੋ ਔਰ ਤੁਹਾਡੇ ਨੇੜਲੇ ਬੰਦਿਆਂ ਤੇ ਪਰਚੇ ਹੋਏ ਆ ਰਵਨੀਤ ਬਿੱਟੂ ਜੀ ਦੇ ਨੇੜੇ ਕੌਣ ਆ ਭਰਤਪੂਸ਼ ਨਾਸ਼ੂ ਨੇੜੇ ਆ ਰਵਨੀਤ ਬਿੱਟੂ ਜੀ ਦੇ ਨੇੜੇ ਕੌਣ ਆ ਆਪਣਾ ਕੀ ਕਹਿੰਦੇ ਦਿਨੇਸ਼ ਬਸੀ ਉਹ ਅੰਮਰਸਰੋਂ ਆਪਣਾ ਇੰਪਰੂਵਮੈਂਟ ਟਰਸ ਦਾ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੀਗੇ ਹੂੰ ਠੀਕ ਆ ਰਣਦੀਪ ਬਿੱਟੂ ਜੀ ਦੇ ਨੇੜੇ ਕੌਣ ਸੀ ਸੰਦੀਪ ਸੰਧੂ ਸੀਗਾ ਹੂੰ ਰਵਨੀਤ ਬਿੱਟੂ ਜੀ ਦੇ ਨੇੜੇ ਕੌਣ ਸੀ ਕੁਲਦੀਪ ਵੈਦ ਸੀਗਾ ਹੂੰ ਇਹ ਸਾਰੇ ਬੰਦਿਆਂ ਨੂੰ ਵਿਜੀਲੈਂਸ ਨੇ ਉਲਝਾ ਰਹੀ ਆ ਹੂੰ ਔਰ ਆਪਾਂ ਉਹਨਾਂ ਨਾਲ ਗੱਲਾਂ ਮਾਰ ਰਹੇ ਆ ਫਿਰ ਇਹ ਪੰਜਾਬੀ ਭਾਸ਼ਾ ਦੀ ਤਾਂ ਬੰਦਾ ਉਹ ਨਹੀਂ ਹੁੰਦਾ ਵੀ ਬੰਦਾ ਯਾਰ ਤੇਰਾ ਸਟੈਂਡ ਕੀ ਆ ਇਹ ਮੈਨੂੰ ਦੱਬੀ ਤੁਰੀ ਜਾ ਰਿਹਾ ਤੇ ਤੂੰ ਇਹਦੇ ਨਾਲ ਫੋਨ ਤੇ ਗੱਲਾਂ ਕਰਕੇ ਤਰੀਫਾਂ ਵੀ ਕਰਦੇ ਅੱਛਾ ਹੋਰ ਛੱਡੋ ਮੈਂ ਕਹਿੰਦਾ ਬਿੱਟੂ ਸਾਹਿਬ ਕਹਿੰਦੇ ਆ ਸਤ ਮੈਂ ਫਿਰ ਕਹਿੰਦਾ ਬਿੱਟੂ ਸਾਹਿਬ ਲੀਡਰ ਆ ਮੇਰੀ ਪਾਰਟੀ ਦੇ ਐਮਪੀ ਆ ਮੇਰਾ ਉਹਨਾਂ ਨਾਲ ਕੋਈ ਨਿੱਜੀ ਵਿਰੋਧ ਨਹੀਂ ਆ ਲੇਕਿਨ ਇੱਕ ਰਾਜਨੀਤਿਕ ਮਤਭੇਦ ਆ ਉਹ ਉਹਦੇ ਵਿੱਚ ਇਸ਼ੂ ਉਹਨਾਂ ਨੂੰ ਅਗਰ ਉਹ ਪਰਸਨਲ ਬਣਾਉਣਾ ਚਾਹੁੰਦੇ ਬਣਾ ਲੈਣ ਉਹਦੇ ਅੰਦਰ ਵੀ ਕੋਈ ਅਰਜ ਨਹੀਂ ਲੇਕਿਨ ਇਸ਼ੂ ਕੀ ਆ ਪੀ ਇੱਕ ਪਾਸੇ ਤੁਸੀਂ ਕਹਿੰਦੇ ਭਗਵੰਤ ਮਾਨ ਚੰਗਾ ਕੰਮ ਕਰ ਰਿਹਾ ਤੁਸੀਂ ਕਹ ਰਹੇ ਭਗਵੰਤ ਮਾਨ ਨੇ ਕੰਮ ਚੰਗਾ ਕੀਤਾ ਪੀ ਸੀ 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 ਐਲ ਪੀ ਰੋਜ਼ ਰਾਜਾ ਵੜਿੰਗ ਹੋਣੀ ਰੋਜ਼ ਧਰਨੇ ਲਾ ਰਹੇ ਆ ਕਦੀ ਮੋਗੇ ਧਰਨਾ ਲੱਗਾ ਕਦੀ ਹੁਸ਼ਿਆਰਪੁਰ ਲੱਗ ਰਿਹਾ ਕਦੀ ਪਟਿਆਲੇ ਲੱਗ ਰਿਹਾ ਕਦੀ ਮਾਨਸੇ ਲੱਗ ਰਿਹਾ ਕੰਪਨਸੇਸ਼ਨ ਅਸੀਂ ਮੰਗ ਰਹੇ ਆ ਮੈਨੂੰ ਦਿਖਾ ਦਿਓ ਸਰਕਾਰ ਦੇ ਉੱਤੇ ਅੱਜ ਤੱਕ ਬਿੱਟੂ ਸਾਹਿਬ ਨੇ ਇੱਕ ਵੀ ਬਿਆਨ ਦਿੱਤਾ ਹੋਵੇ ਤੁਹਾਨੂੰ ਵਜਾ ਕੀ ਲੱਗਦੀ ਹੈ ਕਿਉਂ ਨਹੀਂ ਬੋਲਦੇ ਇਹ ਤਾਂ ਤੁਸੀਂ ਉਹਨਾਂ ਤੋਂ ਪੁੱਛੋ ਨਾ ਮੈਂ ਫਿਰ ਬੋਲੂੰਗਾ ਫਿਰ ਉਹਨਾਂ ਨੂੰ ਤਕਲੀਫ ਹੋ ਜੂਗੀ ਫਿਰ ਕਹਿ ਦਨਗੇ ਵੀ ਵੀ ਕੌਣ ਆ ਸੋ ਮੇਰਾ ਉਹ ਕਹਿਣ ਦਾ ਮਤਲਬ ਆ ਉਹਨਾਂ ਨੂੰ ਕੋ ਵੀ ਮੇਰੀ ਇੱਕ ਬੇਨਤੀ ਆ ਵੀ ਅਸੀਂ ਅਸੀਂ ਵੀ ਕਾਂਗਰਸ ਪਾਰਟੀ ਦੇ ਉਸੇ ਪਾਰਟੀ ਚੋਂ ਆ ਜਿਸ ਪਾਰਟੀ ਚੋਂ ਤੁਸੀਂ ਹੋ ਸੋ ਇਹਦੇ ਵਿੱਚ ਤੁਸੀਂ ਇਹ ਕਿਉਂ ਭੁੱਲ ਜਾਂਦੇ ਜੀ ਤੁਸੀਂ ਕਾਂਗਰਸ ਪਾਰਟੀ ਦੇ ਟਿਕਟ ਲੈ ਕੇ ਉਹਨਾਂ ਨਾਲ ਲੜਾਈ ਲੜਨੀ ਆ ਆਮ ਆਦਮੀ ਦੇ ਤਾਂ ਨਾਲ ਤਾਂ ਨਾ ਖੜੋ ਨਾ ਜਾ ਜਾ ਕੇ ਤੁਸੀਂ ਅਗਰ ਇਸ ਗੱਲ ਨੂੰ ਕੋਈ ਵੀ ਬੰਦਾ ਕਹਦੇ ਬਿੱਟੂ ਸਾਹਿਬ ਦਾ ਪਿਛਲੇ ਦੋ ਸਾਲਾਂ ਚ ਹਮ ਕੋਈ ਇੱਕ ਬਿਆਨ ਭਗਵੰਤ ਮਾਨ ਦੇ ਉਲਟ ਆਇਆ ਹੋਵੇ ਉਹ ਕੰਗਣਾ ਰਣੌਤ ਤੋਂ ਸ਼ੁਰੂ ਹੋ ਕੇ ਦਿਲਜੀਤ ਦੋਸਾਂਜ ਤੱਕ ਪਹੁੰਚ ਜਾਂਦੇ ਆ ਹਮ ਕਿਤੇ ਕੋਈ ਗੱਲ ਹੋਈ ਹੋਵੇ ਬਿੱਟੂ ਸਾਹਿਬ ਨੇ ਉਹਦੇ ਵਿੱਚ ਆਪਣੀ ਜ਼ਰੂਰ ਟਿੱਪਣੀ ਦੇ ਦੇਣੀ ਹੁੰਦੀ ਆ ਹਮ ਉਹਨਾਂ ਨੂੰ ਕਹੋ ਤਾਂ ਸਹੀ ਵੀ ਕੋਈ ਇੱਕ ਪੰਜਾਬ ਦੇ ਮੁੱਦੇ ਦੇ ਉੱਤੇ ਤਾਂ ਆਪਾਂ ਬੋਲ ਲਈ ਆਪਾਂ ਹਰ ਵਾਰ ਪੰਜਾਬ ਦੇ ਵਿਰੋਧੀ ਖੜਨਾ ਹਮ ਜਦੋਂ ਕਿਸਾਨਾਂ ਦੀ ਗੱਲ ਹੈ ਇਹ ਆਪਾਂ ਉਹਦੇ ਵੀ ਵਿਰੋਧ ਖੜ ਕੇ ਜਦੋਂ ਆਪਣਾ ਕੀ ਕਹਿੰਦੇ ਪੰਜਾਬ ਦੀ ਕਿਤੇ ਹੋਰ ਗੱਲਾਂ ਦੀ ਆਪਾਂ ਉਹਦੇ ਵੀ ਵਿਰੋਧ ਖੜ ਜਾਈਦਾ ਠੀਕ ਆ ਯਾਰ ਅਸੀਂ ਵੀ ਅਸੀਂ ਅਸੀਂ ਤੁਹਾਡੇ ਜਿਨੀ ਸਿਆਸਤ ਨਹੀਂ ਜਾਣਦੇ ਤੁਹਾਡੇ ਜਿੰਨੇ ਵੱਡੇ ਸਾਡੇ ਕੋ ਘਰਾਨੇ ਨਹੀਂ ਹੈਗੇ ਤੁਹਾਡੇ ਜਿੰਨੇ ਸਾਡੇ ਕੋਲ ਮਤਲਬ ਤੁਸੀਂ ਐਮਪੀ ਵੀ ਰਹਿ ਲਿਓ ਤਿੰਨ ਵਾਰ ਨਹੀਂ ਤਜਰਬਾ ਹੈਗਾ ਲੇਕਿਨ ਇੱਕ ਬੇਸਿਕ ਸੈਂਸ ਤਾਂ ਸਾਨੂੰ ਸਮਝ ਆਂਦੀ ਆ ਨਾ ਉਹ ਬੇਸਿਕ ਸੈਂਸ ਕੀ ਆ ਵੀ ਆਮ ਆਦਮੀ ਪਾਰਟੀ ਚੰਗਾ ਕੰਮ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਪੰਜਾਬ ਨਾਲ ਧੋਖਾ ਕਰ ਰਹੀ ਆ ਤੁਸੀਂ ਦੂਜੀ ਪਾਰਟੀ ਨੂੰ ਵੀ ਬੋਲਣਾ ਵਾ ਠੀਕ ਆ ਤੁਸੀਂ ਬੀਜੇਪੀ ਦੀ ਉਲਟ ਬੋਲੋ ਮੈਂ ਦੱਸੋ ਬੀਟੂ ਸਾਹਿਬ ਕਦੋਂ ਬੋਲੇ ਬੀਜਪੀ ਦੇ ਉਲਟ ਮੈਨੂੰ ਦੱਸੋ ਨਾ ਕਿਤੇ ਦਿਖਾਓ ਵੀ ਬੀਜਪੀ ਦੇ ਉਲਟ ਕੋਈ ਗੱਲ ਉਸ ਤਰੀਕੇ ਦੀ ਕੀਤੀ ਹੋਵੇ ਠੀਕ ਆ ਮਾੜੇ ਮੋٹے ਬਿਆਨ ਅਸੀਂ ਦੇ ਦਿੰਦੇ ਆ ਔਰ ਮੈਂ ਕੌਣ ਹਾਂ ਕਹਿਣ ਵਾਲਾ ਯਾਰ ਅਗਰ ਮੈਂ ਤਾਂ ਸਹੀ ਗੱਲ ਕਹਾਂ ਉਹ ਠੀਕ ਆ ਉਹਨਾਂ ਦੀ ਗੱਲ ਸਹੀ ਆ ਵੀ ਮੈਂ ਕੌਣ ਆ ਯਾਰ ਉਹਨਾਂ ਨੂੰ ਕਹਿਣ ਵਾਲਾ ਪਰ ਮੇਰੇ ਕਹਿਣ ਦਾ ਮੇਰੇ ਤੇ ਮੇਰੀ ਗੱਲ ਤੇ ਨਾ ਉਹ ਵੀ ਮੈਂ ਕੀ ਕਹਿ ਰਿਹਾ ਤੁਸੀਂ ਗੱਲ ਆਪਣੇ ਆਪ ਨੂੰ ਆਪ ਜਵਾਬ ਦੇਈਓ ਵੀ ਤੁਸੀਂ ਭਗਵੰਤ ਮਾਨ ਨੂੰ ਦੱਸ ਦੋ ਵੀ ਫੋਨ ਤੇ ਗੱਲਾਂ ਕਰਦੇ ਜੇ ਕਿ ਨਹੀਂ ਕਰਦੇ ਔਰ ਜੇ ਗੱਲਾਂ ਕਰਦੇ ਹੋ ਤੇ ਫਿਰ ਬੰਦਿਆਂ ਦੇ ਉੱਤੇ ਪਰਚੇ ਕਿਵੇਂ ਫਿਰ ਆਪਾਂ ਤਰੀਫਾਂ ਕਰਨੀਆਂ ਬੰਦ ਕਰਦੀਆਂ ਵਰਕਰਾਂ ਦਾ ਸੈਂਟੀਮੈਂਟ ਆ ਤੁਹਾਨੂੰ ਭਗਵੰਤ ਮਾਨ ਨੇ ਨਹੀਂ ਦਿਟਾਇਆ ਤੁਹਾਨੂੰ ਕਿਹਨੇ ਦਿਟਾਇਆ ਸੀ ਤੁਹਾਨੂੰ ਦਿਟਾਇਆ ਸੀ ਤੁਹਾਡੇ ਲੁਧਿਆਣੇ ਵਾਲੇ ਲੋਕਾਂ ਨੇ ਤੁਹਾਡੇ ਲੁਧਿਆਣੇ ਦੇ ਲੀਡਰਾਂ ਨੇ ਤੁਹਾਡੇ ਲੁਧਿਆਣੇ ਦੇ ਕਾਉਂਸਲਰਾਂ ਨੇ ਤੁਹਾਡੇ ਲੁਧਿਆਣੇ ਦੇ ਸਰਪੰਚਾਂ ਨੇ ਜਿੰਨੀ ਗੱਲਾਂ ਉੰਨੀ ਦੇਰ ਉਹਨਾਂ ਨੇ ਕਰਦੇ ਹੋ ਉੰਨੀ ਦੇਰ ਉਹਨਾਂ ਨਾਲ ਗੱਲ ਕਰ ਲਓ ਕਿਸੇ ਨਾਲ ਉਹਨਾਂ ਦਾ ਤਾਂ ਆਪਾ ਫੋਨ ਨਹੀਂ ਚੱਕਣਾ ਤੇ ਦੂਜਿਆਂ ਨਾਲ ਆਪਾ ਫੋਨ ਤੇ ਗੱਲਾਂ ਕਰਨੀਆਂ ਔਰ ਫਿਰ ਆਪਾਂ ਕਹਣਾ ਵੀ ਅਸੀਂ ਕੋਈ ਅਸੀਂ ਤਾਂ ਵੀ ਬਾਦਸ਼ਾਹ ਅਸੀਂ ਤਾਂ ਵੀ ਇਹ ਕੌਣ ਹੁੰਦੇ ਸਾਨੂੰ ਕਹਿਣ ਵਾਲੇ ਠੀਕ ਆ ਭਾਈ ਅਸੀਂ ਨਹੀਂ ਮਤਵਕ ਰਵਨੀਤ ਬਿੱਟੂ ਸਰਕਾਰ ਤੇ ਸਵਾਲ ਨਹੀਂ ਖੜਾ ਕਰ ਰਹੇ ਤੇ ਸਰਕਾਰ ਦੇ ਇਹ ਜੀ ਗੱਲ ਕਿਹੜੀ ਆ ਜਿਹੜੀ ਤੁਹਾਨੂੰ ਚੁਬਦੀ ਆ ਰੜਕਦੀ ਆ ਕਿ ਨਹੀਂ ਜਿਹੜੀ ਦਿਸ਼ਾ ਲੈ ਲੈ ਕੇ ਆਉਣਾ ਚਾਹੁੰਦੇ ਸੀ ਜਾਂ ਬਦਲਾਅ ਦੀ ਗੱਲ ਕਰਦੇ ਸੀ ਉਹ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਕਿਵੇਂ ਨਹੀਂ ਆ ਰਿਹਾ ਕਿਹੜੀ ਗੱਲ ਆ ਭਗਵੰਤ ਸਿੰਘ ਸਾਹਿਬ ਦੀ ਆਜੇ ਮੁੱਖ ਮੰਤਰੀ ਪੰਜਾਬ ਦੇ ਤੁਸੀਂ ਪੁਰਾਣੇ ਬਿਆਨ ਕੱਢ ਲਓ ਨੌਕਰੀਆਂ ਤੋਂ ਸ਼ੁਰੂ ਹੋ ਜੋ ਸਭ ਤੋਂ ਪ ਨੌਕਰੀਆਂ ਜਿਹੜੀਆਂ ਵਾ ਇਹਦੇ ਵਿੱਚ ਰਿਜ਼ਰਵੇਸ਼ਨ ਕੋਟਾ ਵੀ ਹੋਣਾ ਚਾਹੀਦਾ ਵੀ ਪੰਜਾਬੀਆਂ ਨੂੰ ਵੱਧ ਨੌਕਰੀਆਂ ਮਿਲਣ ਅੱਜ ਲਿਆ ਲਿਆ ਕਿ ਬਾਹਰੋਂ ਬੰਦੇ ਬਿਠਾਤੇ ਫਿਰ ਕਹਿੰਦੇ ਹੁੰਦੇ ਸੀਗੇ ਵੀ ਮੈਂ ਮੇਰੀ ਹਰੀ ਕਲਮ ਨੌਕਰੀ ਦੇਣ ਵਾਸਤੇ ਚੱਲੂਗੀ ਅੱਜ ਉਹ ਹਰੀ ਕਲਮ ਡਾਂਗਾ ਵਰਾਰੀਆ ਉਹਨਾਂ ਬੇਰੋਜ਼ਗਾਰਾਂ ਦੇ ਉੱਤੇ ਉਹ ਤਾਂ ਕਹਿੰਦੇ ਸਾਡੀ ਪਹਿਲੀ ਸਰਕਾਰ ਆ ਪਹਿਲੇ 1.5 ਸਾਲ ਚ 30000 ਸਰਕਾਰੀ ਨੌਕਰੀਆਂ ਰਿਕਾਰਡ ਫਰੋਲੋ ਜਾ ਕੇ ਏਡੇ ਝੂਠੇ ਬੰਦੇ ਆ ਨਾ ਦੂਜਾ ਜਿਹੜਾ ਸਭ ਤੋਂ ਵੱਧ ਇਹਨੇ ਝੂਠ ਮਾਰਦੇ ਇੰਨਾ ਡਰਾਮਾ ਪਖੰਡ ਕਰਦੇ ਆ 3000 ਨੌਕਰੀ ਦੀ ਨੋਟੀਫਿਕੇਸ਼ਨ ਆ 30000 ਨੌਕਰੀਆਂ ਦੇ ਵਿੱਚੋਂ ਪੇਪਰ 30000 ਨੌਕਰੀਆਂ ਦੇ ਜਿਹੜੇ ਟੈਸਟ ਲਿੱਤੇ ਗਏ ਆ ਉਹ ਸਾਰੇ ਕਾਂਗਰਸ ਦੇ ਟਾਈਮ ਤੇ ਲਿੱਤੇ ਗਏ ਆ ਹਮ ਇਹਨਾਂ ਦੇ ਟਾਈਮ ਦੇ ਉੱਤੇ ਮੈਨੂੰ ਇਹ ਦੱਸ ਦੇਣ ਵੀ ਜਿਨ੍ਹਾਂ ਦਾ ਨੋਟੀਫਿਕੇਸ਼ਨ ਇਹਨਾਂ ਨੇ ਕੱਢੀ ਹੋਵੇ ਨੋਟੀਫਿਕੇਸ਼ਨ ਤੋਂ ਸ਼ੁਰੂ ਕਰਨ ਪੇਪਰ ਇਹਨਾਂ ਨੇ ਲਿੱਤਾ ਹੋਵੇ ਇੰਟਰਵਿਊ ਇਹਨਾਂ ਦਾ ਹੋਇਆ ਹੋਵੇ ਤੇ ਰਿਜ਼ਲਟ ਇਹਨਾਂ ਨੇ ਕੱਢਿਆ ਹੋਵੇ ਹਮ ਹਾਜਲੇ ਤੱਕ ਸਿਰਫ 273 ਨੌਕਰੀਆਂ ਇਹਨਾਂ ਦਾ ਵਿਧਾਨ ਸਭਾ ਦੇ ਵਿੱਚ ਆ ਜਵਾਬ ਇਸ ਕਰਕੇ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਝੂਠਾ ਪਖੰਡ ਡਰਾਮਾ ਕਰਦੇ ਆ ਨਾ ਇਸ ਚੀਜ਼ ਦੀ ਤਕਲੀਫ ਆ ਸਕੂਲ ਆਫ ਐਮਿਨੈਂਸ ਖੋਲਤੇ ਅਸੀਂ ਅਕਤੂਬਰ ਵਿਜੇ ਪ੍ਰਤਾਪ ਨੇ ਉਦੋਂ ਵੀ ਇਹਨਾਂ ਦਾ ਇੱਕ ਮੈਸੇਜ ਨੇ ਛੋਟੇ ਜਿਹੇ ਮੈਸੇਜ ਨੇ ਇਹਨਾਂ ਦੇ ਪਰਦਾ ਫਾਸ ਕਰਕੇ ਰੱਖਤਾ ਅਸੀਂ ਜਿੰਨਾ ਮਰਜ਼ੀ ਬੋਲੀ ਜਾਈਏ ਸੰਤੋ ਲੋਕ ਸਮਝਦੇ ਸੀ ਆਪੋਜੀਸ਼ਨ ਚ ਸੰਤੋ ਲੋਕ ਸਮਝਦੇ ਵੀ ਅਸੀਂ ਵਿਰੋਧੀ ਧਿਰ ਚ ਸ਼ਾਇਦ ਅਸੀਂ ਇਹਨਾਂ ਦੇ ਵਿਰੋਧ ਹੀ ਕਰਨਾ ਵਾ ਲੇਕਿਨ ਇਹਨਾਂ ਦੇ ਐਮਐਲਏ ਆਪ ਕਹਿ ਰਹੇ ਆ ਡਰੱਗਸ ਦੇ ਮੁੱਦੇ ਦੇ ਉੱਤੇ ਆਜੋ ਕਹਿੰਦੇ ਸੀ ਪੰਜਾਬ ਦੇ ਵਿੱਚ ਆ ਆਪਣਾ ਕੀ ਕਹਿੰਦੇ ਸੂਰਜ 26 ਤੋਂ ਪਹਿਲਾਂ ਅਸੀਂ ਡਰੱਗਸ ਖਤਮ ਕਰ ਦਾਂਗੇ ਹੁਣ ਵੀ ਦੁਬਾਰਾ 26 ਜਨਵਰੀ ਤੱਕ ਲੈ ਗਿਆ ਵੀ ਅਗਲੀ ਵਾਰ ਜਦੋਂ ਝੰਡਾ ਚੜ੍ਹਾਣਾ ਆਉਂਗਾ 26 ਜਨਵਰੀ ਨੂੰ ਉਹ ਤੱਕ ਡਰੱਗਸ ਖਤਮ ਹੋ ਜਾਊਗਾ ਤੁਸੀਂ ਦੱਸੋ ਡਰੱਗਸ ਖਤਮ ਹੋ ਜਾਣਗੇ ਇਨੀ ਦੇਰ ਤੱਕ ਹਰ ਚੀਜ਼ ਦੇ ਉੱਤੇ ਝੂਠ ਤੁਸੀਂ ਮਹਿਮੱਲਾ ਕਲੀਨਿਕ ਖੋਲਤੇ ਜੀ ਮੈਂ 50 ਲੱਖ ਬੰਦਾ ਇੱਥੋਂ ਦਵਾਈ ਲੈ ਗਿਆ ਪਹਿਲਾਂ ਪੰਜਾਬ ਦੇ ਵਿੱਚ ਪੰਜਾਬ ਲੋਕ 50 ਲੱਖ ਬੰਦਾ ਦਵਾਈ ਨਹੀਂ ਲੈ ਕੇ ਗਿਆ ਕਿਤੋਂ ਸਰਕਾਰੀ ਹਸਪਤਾਲਾਂ ਤੋਂ ਦਵਾਈ ਨਹੀਂ ਲੈਂਦੀ ਸੀ ਕਦੀ ਕਿਸੇ ਨੇ ਮਹਿਲਾ ਕਲੀਨਿਕ ਚੋਂ ਦਵਾਈ ਲੈਣ ਨੂੰ ਤੁਸੀਂ ਆਪਣੀ ਅਚੀਵਮੈਂਟ ਦੱਸਦੇ ਔਰ ਫਿਰ ਵੱਡਾ ਵੱਡਾ ਪ੍ਰਚਾਰ ਕਰਦੇ ਹੋ ਫਿਰ ਤੁਸੀਂ ਪੰਜਾਬ ਦਾ ਪੈਸਾ ਬਾਹਰਲੀ ਐਡਵਰਟਾਈਜ਼ਮੈਂਟ ਏਜੰਸੀਆਂ ਨੂੰ ਦਿੰਦੇ ਜੇ ਬਾਹਰਲੇ ਪ੍ਰੈਸ ਨੂੰ ਦਿੰਦੇ ਜੇ ਤਾਂ ਕਿ ਤੁਸੀਂ ਆਪਣਾ ਪ੍ਰਚਾਰ ਕਰ ਸਕੋ ਬਾਹਰੋਂ ਲਿਆ ਕੇ ਤੁਸੀਂ ਬੰਦੇ ਉੱਪਰ ਬਿਠਾਉਂਦੇ ਤੁਸੀਂ 6 ਰਾਜ ਸਭਾ ਮੈਂਬਰ ਤੁਸੀਂ ਬੋਰਡਾਂ ਦੀ ਚੇਅਰਮੈਨੀਆਂ ਤੁਸੀਂ ਤੁਸੀਂ ਕੱਲੀ ਕੱਲੀ ਇਹਨਾਂ ਦੀ ਗੱਲ ਕਰ ਲਓ ਵੀ ਜਿਹੜੀ ਇਹ ਗੱਲ ਪੰਜਾਬ ਪੰਜਾਬੀਅਤ ਦੀ ਕਰਤੇ ਸੀ ਜਿਹਦੇ ਪੰਜਾਬ ਦੇ ਮੁੱਦੇ ਦੇ ਉੱਤੇ ਆਈ ਸੀ ਕੀ ਉਹ ਬਦਲਾਵ ਆ ਗਿਆ ਲਿਕਨੋ ਬਦਲਾਵ ਨਹੀਂ ਆਇਆ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਸਾਡਾ ਮੈਂ ਫਿਰ ਤੁਹਾਨੂੰ ਕਹਿੰਦਾ ਲੋਕਾਂ ਨੂੰ ਇਹ ਲੱਗਦਾ ਵੀ ਅਸੀਂ ਇਹਨਾਂ ਦੇ ਸ਼ਾਇਦ ਕੋਈ ਸਾਨੂੰ ਕੋਈ ਇਹ ਤਕਲੀਫ ਨਹੀਂ ਹੈ ਕਿ ਅਸੀਂ ਕੋਈ ਪਰਸਨਲ ਸਾਡੇ ਮੁੱਦੇ ਨਹੀਂ ਹੈਗੇ ਇਹਨਾਂ ਨਾਲ ਲੋਕਾਂ ਦੇ ਮੁੱਦੇ ਜਦੋਂ ਵਿਚਾਰਾਂ ਦੇ ਵਿੱਚ ਜ ਕੋਈ ਫਰਕ ਆ ਜਾਂਦਾ ਵਾ ਇਹ ਤਾਂ ਕਹਿੰਦੇ ਵੀ ਅਸੀਂ ਆਪੋਜੀਸ਼ਨ ਬੋਲਣ ਨਹੀਂ ਦੇਣੀ ਇੱਕ ਉਹ ਜਿਹੜੀ ਮਾਈਂਡਸੈਟ ਸੀ ਨਾ ਪਹਿਲਾਂ ਵੀ ਜਿਹੜਾ ਪੁਰਾਣੇ ਪੁਰਾਣੇ ਲੋਕਾਂ ਦਾ ਮਾਈਂਡਸੈਟ ਸੀ ਵੀ ਜਿਹੜਾ ਵੀ ਕੋਈ ਬੋਲੂਗਾ ਫੜ ਕੇ ਪਰਚਾ ਦਵਾਂਗੇ ਟੰਗਾਾਂਗੇ ਮੇਰੇ ਹਲਕੇ ਦੇ ਵਿੱਚ ਰੋਪੜ ਦੇ ਵਿੱਚ ਮੈਂ ਤੁਹਾਨੂੰ ਆਪਣੇ ਹਲਕੇ ਦੀ ਦੂਰ ਤੱਕ ਨੂੰ ਜਾਣਾ ਹਲਕੇ ਦੇ ਵਿੱਚ ਕਿਸੇ ਦੀ ਉਂ ਕਿਸੇ ਦੇ ਕੋਈ ਬੈੱਡ ਤੇ ਪਿਆ ਕਿਸੇ ਦੇ ਗੋਲੀ ਚਲاتی ਲੋਗੜ ਫੱਡੇ ਪਿੰਡ ਆ ਉੱਥੇ ਗੋਲੀ ਚੱਲ ਪਈ ਅੱਜ ਉਹ ਬੰਦੇ ਅੱਜ ਤੱਕ ਫਰਾਰ ਅੱਜ ਤੱਕ ਫੜੇ ਨਹੀਂ ਜਾ ਰਹੇ ਕਿਸੇ ਬੰਦੇ ਦੀ ਇੱਕ ਇੱਕ ਆਪਣਾ ਕਹਿੰਦੇ ਆਜ਼ਮਪੁਰ ਦਾ ਸਰਪੰਚ ਆ ਪਹਿਲੇ ਨੰਬਰ ਦੇ ਉੱਤੇ ਉਹਦਾ ਬਲਾਕ ਦੇ ਵਿੱਚ ਪਿੰਡ ਆਇਆ 2 ਲੱਖ ਰੁਪਏ ਨੂੰ ਰਾਸ਼ੀ ਮਿਲੀ ਅੱਜ ਤੱਕ ਉਹ ਬੰਦਾ ਚੀਕਾਂ ਮਾਰ ਰਿਹਾ ਵੀ ਮੇਰੀ ਜਾਨ ਨੂੰ ਖਤਰਾ ਵਾ ਉਹਨੂੰ ਤੰਗ ਪਰੇਸ਼ਾਨ ਇਨਾ ਮੈਂਟਲ ਟੌਰਚਰ ਕੀਤਾ ਪਿਆ ਇਸ ਬੰਦੇ ਹੋਣ ਹੈ ਸਾਰੀਆਂ ਘਟਨਾਵਾਂ ਨੂੰ ਇਨਜਾਮ ਦੇਣ ਵਾਲੇ ਇਹ ਇਹਨਾਂ ਦੇ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਐਮ.ਐਲ.ਏ ਪੁਲਿਸ ਪ੍ਰਸ਼ਾਸਨ ਮਹਾਰਾਣਾ ਡੀਜੀਪੀ ਸਾਹਿਬ ਤੇ ਡੀਜੀਪੀ ਸਾਹਿਬ ਨੇ ਸਿਰਫ ਕਿਉਂਕਿ ਉਹ 1.5 ਸਾਲ ਤੋਂ ਪੱਕੇ ਨਹੀਂ ਹੋਏ ਉਹ ਜਦੋਂ ਤੋਂ ਲੱਗੇ ਹਾਲ ਤੱਕ ਕੱਚੇ ਹੀ ਚੱਲੀ ਜਾ ਰਹੇ ਆ ਤੇ ਡੀਜੀਪੀ ਆਪਣੀ ਕੁਰਸੀ ਬਚਾਨ ਕਰਕੇ ਵੀ ਯਾਰ ਕੱਲ ਨੂੰ ਮੇਰੇ ਤੇ ਪਰਮਾਨੈਂਟ ਆਰਡਰ ਨਹੀਂ ਜਿੰਦੇ ਤਾਂ ਜਦੋਂ ਕਿ ਕਿੱਡੀਆਂ ਵੱਡੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਤੁਸੀਂ ਉਹਨਾਂ ਨੂੰ ਟੈਂਪੋਰਰੀ ਐਡੀਸ਼ਨਲ ਚਾਰਜ ਦੇ ਕੇ ਡੀਜੀਪੀ ਲਾਇਆ ਹੋਇਆ ਇਹ ਇਹ ਇੱਕ ਲੜੀ ਬਰ ਲੜੀ ਚੀਜ਼ਾਂ ਚੱਲ ਰਹੀਆਂ ਨਾ ਉਹੀ ਥੱਲੇ ਅੱਗੇ ਡੀਜੀਪੀ ਦਾ ਡੀਜੀਪੀ ਆ ਉਹ ਕਹਦਨਗੇ ਵੀ ਨਹੀਂ ਯਾਰ ਵੀ ਆਪਾਂ ਰੂਲਿੰਗ ਪਾਰਟੀ ਦੇ ਨਾਲ ਰੱਖਣਾ ਸਾਡੇ ਟਾਈਮ ਦੇ ਉੱਤੇ ਤਾਂ ਕਾਂਗਰਸ ਹੀ ਰੌਲਾ ਇਹ ਪਾਉਂਦੇ ਸੀ ਵੀ ਸਾਡੀ ਅਫਸਰਾਂ ਸੁਣਵਾਈ ਨਹੀਂ ਹੈਗੀ ਲੇਕਿਨ ਇਹਨਾਂ ਨੇ ਉਧਰ ਭਗਵੰਤ ਮਾਨ ਸਾਹਿਬ ਆ ਉਹ ਕੀ ਚੋਣ ਪ੍ਰਚਾਰ ਚ ਬਿਜ਼ੀ ਆ ਥੱਲੇ ਮੰਤ ਥੱਲੇ ਜਿਹੜੇ ਐਮ ਐਲ ਏ ਆ ਉਹਨਾਂ ਨੂੰ ਮਤਲਬ ਇੱਕ ਖੁੱਲੀ ਛੋਟਾਂ ਦਿੱਤੀਆਂ ਹੋਈਆਂ ਲੁੱਟ ਲਓ ਸਾਰਾ ਹਲਕਾ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਦੁਬਾਰਾ ਆਣਾ ਹੀ ਨਹੀਂ ਇਸ ਕਰਕੇ ਲੁੱਟ ਲਓ ਜੋ ਮਰਜ਼ੀ ਕਰ ਲਓ ਰੋਪੜ ਚ ਮੈਂ ਤੁਹਾਨੂੰ ਕਹ ਰਿਹਾ ਐਸ ਐਸ ਪੀ ਰੋਪੜ ਆ ਠੀਕ ਆ ਅਸੀਂ ਉਹਨਾਂ ਨੂੰ ਅਪੀਲ ਕੀਤੀ ਅਸੀਂ ਐਮਐਲਏ ਨੂੰ ਤਾਂ ਤੁਹਾਨੂੰ ਪਤਾ ਵੀ ਇਹਨਾਂ ਨੇ ਤਾਂ ਗੰਦ ਪਾਣਾ ਹੀ ਪਾਣਾ ਐਸਐਸਪੀ ਰੋਪੜ ਡੀਜੀਪੀ ਪੰਜਾਬ ਪੁਲਿਸ ਇਹ ਸਾਰੇ ਤਾਂ ਟਕਟ ਇਸ ਚੀਜ਼ਾਂ ਨੂੰ ਲਗਾਮਾਂ ਖਿੱਚਣ ਬੰਦਿਆਂ ਦਾ ਜੀਣਾ ਥੋੜਾ ਦੁਰਲਭ ਕਰਾ ਦੇਣਾ ਤੁਸੀਂ ਕਿੰਨੀ ਕੁ ਵਾਰੀ ਆਪਣੀਆਂ ਅਪੀਲਾਂ ਦਲੀਲਾਂ ਰੱਖੀਆਂ ਸੁਣੀ ਤੱਕ ਨਹੀਂ ਗਈ ਉਹ ਪਵੀਲਾਂ ਦਲੀਲਾਂ ਬਥੇਰੀ ਵਾਰ ਰੱਖਤੀਆਂ ਮੈਂ ਤੁਹਾਨੂੰ ਐਪਲੀਕੇਸ਼ਨਾਂ ਦਿਖਾਉਂਦਾ ਉਹ ਕੋਈ ਐਡਾ ਥੱਪਾ ਪਿਆ ਡੀਜੀਪੀ ਨੂੰ ਪੰਜਾਬ ਪੁਲਿਸ ਦੇ ਕੋਲ ਇਹ ਤਾਂ ਉਹੀ ਗੱਲ ਹੁੰਦੀ ਵੀ ਜਿਹੜਾ ਆਮ ਆਦਮੀ ਦੀ ਸਰਕਾਰ ਸੀ ਨਾ ਆਮ ਬੰਦੇ ਦੀ ਸੁਣਵਾਈ ਹੋਣੀ ਚਾਹੀਦੀ ਸੀ ਅਸੀਂ ਤਾਂ ਖਾਸ ਬੰਦਿਆਂ ਦੀ ਸੁਣਵਾਈ ਨਹੀਂ ਹੈਗੀ ਜੇ ਕੁਮਰ ਵਿਜੇ ਪ੍ਰਤਾਪ ਇਹਨਾਂ ਦੇ ਐਮਐਲਏ ਆ ਉਹਦੀ ਸੁਣਵਾਈ ਨਹੀਂ ਆ ਦੋ ਤਿੰਨ ਐਮਐਲਏ ਇਹਨਾਂ ਨੇ ਸਸਪੈਂਡ ਕੀਤੇ ਹੋਇਆ ਕੋਈ ਇਹਨਾਂ ਦਾ ਐਮਐਲਏ ਜੇਲ੍ਹ ਚਾ ਕੋਈ ਇਹਨਾਂ ਨੇ ਮੰਤਰੀ ਲਾਇਆ ਹੋਇਆ ਕੋਈ ਇਹਨਾਂ ਦਾ ਮੰਤਰੀ ਕਿਹੋ ਜਿਹਾ ਕੰਮਾਂ ਚ ਫਸਿਆ ਹੋਇਆ ਮੈਂ ਕਹਿੰਦਾ ਸਾਰੀਆਂ ਗੱਲਾਂ ਛੱਡ ਕੇ ਜੋ ਆਮ ਆਦਮੀ ਪਾਰਟੀ 2022 ਤੋਂ ਪਹਿਲਾਂ ਕਹਿੰਦੀ ਸੀ ਕੀ ਉਹਨਾਂ ਨੇ ਉਹ এজেন্ডਾ ਇੰਪਲੀਮੈਂਟ ਕਰ ਦਿੱਤਾ ਅੱਜ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਪਏ ਆ ਪੰਜਾਬ ਦੇ ਵਿੱਚ ਜੋ ਪੰਜਾਬ ਭੁਗਤ ਰਿਹਾ ਵਾ ਔਰ ਇਸ ਕਰਕੇ ਸ਼ਾਇਦ ਗੁੱਸਾ ਵਾ ਫਲੱਡ ਆਏ ਤੁਸੀਂ ਮੈਨੂੰ ਦੱਸੋ ਕਿਨੂੰ ਕੰਪੰਸੇਸ਼ਨ ਮਿਲੀ ਨਰਮੇ ਦੀ ਫਸਲ ਖਰਾਬ ਹੋਈ ਦੱਸੋ ਕਿਨੂੰ ਕੰਪੰਸੇਸ਼ਨ ਮਿਲੀ ਸਾਡੇ ਰੋਪੜ ਦੇ ਵਿੱਚ ਮੱਕੀ ਦੀ ਫਸਲ ਖਰਾਬ ਹੋਈ ਦੱਸੋ ਕਿਨੂੰ ਕੰਪੰਸੇਸ਼ਨ ਮਿਲੀ ਕਹਿੰਦੇ ਸੀਗੇ ਵੀ ਗੁਰਦੌਰੀਆਂ ਬਾਅਦ ਛੁਣ ਗਿਆ ਹੂੰ ਤੇ ਪਟਵਾਰੀ ਆ ਕੇ ਪਹਿਲੋਂ ਸਾਰਾ ਕੁਝ ਦੇਖ ਲੈਣਗੇ ਹੂੰ ਵੀ ਇਹ ਸਭ ਕੁਝ ਬਾਅਦ ਚ ਹੁੰਦਾ ਰਹੂਗਾ ਵੀ ਅਸੀਂ ਬਾਅਦ ਚ ਵੇਖਾਂਗੇ ਮੈਨੂੰ ਦੱਸੋ ਅਜ ਤੱਕ ਕਿੱਥੇ ਹੋਇਆ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਤਾਂ ਕਹਿ ਰਿਹਾ 188 ਕਰੋੜ ਰੁਪਇਆ ਜਾਰੀ ਹੋ ਗਿਆ ਵੱਖ-ਵੱਖਰੇ ਜ਼ਿਲ੍ਹਿਆਂ ਚ ਹੁਣ ਅੱਗੇ ਡੀਸੀ ਜਾ ਉਹਨਾਂ ਦਾ ਕੰਮ ਹੈ ਜਿਨ੍ਹਾਂ ਦਾ ਪ੍ਰਸ਼ਾਸਨ ਦਾ ਵੰਡਣ ਦਾ ਅਗਰ 188 ਕਰੋੜ ਜਾਰੀ ਹੋ ਗਿਆ ਤੇ ਫਿਰ ਸਾਰੇ ਬੰਦਿਆਂ ਤੱਕ ਪਹੁੰਚ ਗਿਆ ਤਾਂ ਕਹਿੰਦਾ ਮੈਂ ਬੱਕਰੀ ਦੇ ਪੈਸੇ ਵੀ ਦਊਂਗਾ ਮੈਂ ਤਾਂ ਪਤਾ ਨਹੀਂ ਕੁੱਕੜ ਦੇ ਪੈਸੇ ਵੀ ਦਊਂਗਾ ਤੇ ਮੈਨੂੰ ਦੱਸੋ ਬਸੋ ਮਿਲ ਗਏ ਬੱਕਰੀਆਂ ਵਾਲੇ ਪੈਸੇ ਮੇਰਾ ਤੁਹਾਨੂੰ ਹੋਰ ਛੱਡੋ ਚਲੋ ਤੁਸੀਂ ਇੱਕ ਗੱਲ ਹੋਰ ਕਰਦੇ ਜੇ ਤਹਿਸੀਲਦਾਰ ਪ ਲਾਸਟ ਲਾਈਨ ਨਾ ਪਟਵਾਰੀ ਇੱਕ ਆਪਾਂ ਕਹਿੰਦਾ ਵੀ ਪਿੰਡਾਂ ਦੇ ਵਿੱਚ ਲਾਸਟ ਲਾਈਨ ਆ ਸਰਕਾਰ ਤੋਂ ਲੈ ਕੇ ਪਟਵਾਰੀ ਤੱਕ ਆਪਾਂ ਉਹ ਸਿਸਟਮ ਚੱਲਦਾ ਜਿਹੜੇ ਫੀਲਡ ਵਿੱਚ ਕੰਮ ਕਰਦੇ ਆ ਅੱਜ ਪਟਵਾਰੀ ਵੀ ਇਹਨਾਂ ਦੇ ਕਾਬੂ 'ਚ ਨਹੀਂ ਹੈਗੇ ਅੱਜ ਇਹ ਪਟਵਾਰੀਆਂ ਨਾਲ ਵੀ ਮਤਲਬ ਮਿਹਣੋ ਮਿਹਣੀ ਦਬਕੋ ਦਬਕੀ ਯਾਰ ਤੁਸੀਂ ਮੁੱਖ ਮੰਤਰੀ ਪੰਜਾਬ ਉਹ ਜੇ ਤੁਹਾਡੇ ਤੋਂ ਪਟਵਾਰੀ ਕਾਬੂ 'ਚ ਨਹੀਂ ਆ ਰਹੇ ਔਰਤ ਕਿਵੇਂ ਕਾਬੂ 'ਚ ਆ ਰਿਹਾ ਫਿਰ ਕਲਮ ਛੁਡਾ ਦੂੰਗਾ ਇੱਕ ਇੱਕ ਹੀ ਤਰੀਕੇ ਹੋਏ ਗੱਲਾਂ ਕਰਨ ਦੇ ਉਹ ਵੀ ਅਕਸਰ ਠੀਕ ਆ ਇਹਨਾਂ ਨੇ ਕਹਤਾ ਵੀ ਸਾਰੇ ਪਟਵਾਰੀ ਚੋਰ ਆ ਠੀਕਾ ਪਟਵਾਰੀਆਂ ਚ ਕਰਪਸ਼ਨ ਹੋਊਗੀ ਇਹਨਾਂ ਨੇ ਸਾਰੇ ਪਟਵਾਰੀਆਂ ਨੂੰ ਇੱਕ ਤਰਫਾ ਕਰਤਾ ਇਹਨਾਂ ਨੇ ਸਾਰੇ ਟੀਚਰਾਂ ਨੂੰ ਕੀ ਹਾਲਾਤ ਕਰਤੇ ਟੀਚਰ ਇਹਨਾਂ ਦੇ ਆਮ ਆਦਮੀ ਦੀ ਬੱਸਾਂ ਢੋ ਰਹੇ ਆ ਇਹੋ ਪਾਰਟੀ ਜਿਹੜੀ ਕਹਿੰਦੀ ਸੀ ਵੀ ਫਾਊਂਡੇਸ਼ਨ ਸਟੋਨ ਤੇ ਕਿਸੇ ਮੰਤਰੀ ਦਾ ਨਾਮ ਨਹੀਂ ਆਊਗਾ ਭਗਵੰਤ ਮਾਨ ਜਦੋਂ ਐਮਪੀ ਸੀ ਕਹਿੰਦੇ ਦਿਖਾਓ ਮੇਰਾ ਨਾਮ ਕਿੱਥੇ ਆ ਮੈਂ ਪੈਸੇ ਦਿੱਤੇ ਮੇਰਾ ਨਾਮ ਨਹੀਂ ਆਊਗਾ ਅੱਜ ਕੋਈ ਵੀ ਫਾਊਂਡੇਸ਼ਨ ਸਟੋਨ ਬਿਨਾਂ ਇਹਨਾਂ ਦੇ ਨਾਮ ਦੇ ਉੱਤੋਂ ਉਦਘਾਟਨ ਤੋਂ ਉਹਨਾਂ ਦਾ ਨਾਮ ਛੱਡੋ ਅਰਵਿੰਦ ਕੇਜਰੀਵਾਲ ਦਾ ਇੱਥੇ ਕੰਮ ਕੀਦ ਘਟਨ ਕਰਨ ਦਾ ਅਰਵਿੰਦ ਕੇਜਰੀਵਾਲ ਪ੍ਰਾਈਮ ਮਿਨਿਸ ਦੇਸ਼ਤਾ ਅਰਵਿੰਦ ਕੇਜਰੀਵਾਲ ਤੂੰ ਯੂਨੀਅਨ ਕੈਬਨਿਟ ਮਿੰਿਸਟਰ ਹੈਂ ਦੇਸ਼ਤਾ ਤੂੰ ਦਿੱਲੀ ਦਾ ਮੁੱਖ ਮੰਤਰੀ ਹੈਂ ਤੂੰ ਉੱਥੇ ਜਾ ਕੇ ਫਿਰ ਭਗਵੰਤ ਮਾਨ ਦਾ ਵੀ ਨੋਗਰੇਸ਼ਨ ਕਰਾ ਲਾ ਤੁਹਾਡਾ ਦੋਵਾਂ ਦਾ ਬਰਾਬਰ ਹੋਦਾ ਵਾ ਤੁਸੀਂ ਮੁੱਖ ਮੰਤਰੀ ਪੰਜਾਬ ਹੋ ਤੁਸੀਂ ਮੁੱਖ ਮੰਤਰੀ ਦਿੱਲੀ ਹੋ ਭਗਵੰਤ ਮਾਨ ਨੂੰ ਤਾਂ ਅਜੇ ਤੱਕ ਕਦੀ ਉੱਥੇ ਜਾ ਕੇ ਕਿਸੇ ਨੋਗਰੇਸ਼ਨ ਦੇ ਉੱਤੇ ਫੱਟੇ ਦੇ ਉੱਤੇ ਨਹੀਂ ਲਾਇਆ ਤੇ ਫਿਰ ਪੰਜਾਬ ਵੀ ਕੀ ਇਹਨਾਂ ਦੀ ਪਲੇਅ ਗਰਾਊਂਡ ਬਣ ਗਿਆ ਭਗਵੰਤ ਮਾਨ ਨੂੰ ਤਾਂ ਇਹਨਾਂ ਗੱਲਾਂ ਤੇ ਇਤਰਾਜ਼ ਨਹੀਂ ਹੈ ਤੁਹਾਨੂੰ ਕਿਉਂ ਇਤਰਾਜ਼ ਹੋ ਰਿਹਾ ਸਾਨੂੰ ਪੰਜਾਬੀ ਪੰਜਾਬੀ ਹੋਂਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਤੁਹਾਡਾ ਖੂਨ ਨਹੀਂ ਖੋਲਦਾ ਕਿਹੜਾ ਕਿਹੜੇ ਪੰਜਾਬੀ ਦਾ ਪੀਰ ਪਾਰ ਲਈ ਅੱਗੇ ਇਸੇ ਗੱਲ ਦਾ ਰਾਮ ਰੋਲਾ ਸ਼ੁਰੂ ਤੋਂ ਚੱਲਦਾ ਰਹਿੰਦਾ ਲੋਕੀ ਬਾਰ-ਬਾਰ ਕਹਿੰਦੇ ਵੀ ਪੰਜਾਬ ਦੀ ਕੌਂਟ੍ਰਿਬਿਊਸ਼ਨ ਇੰਨੀ ਜ਼ਿਆਦਾ ਹੈਗੀ ਆ ਲੇਕਿਨ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਹੱਕਾਂ ਦੇ ਵਿੱਚ ਧੱਖਾ ਹੁੰਦਾ ਠੀਕ ਹੈ ਅਸੀਂ ਵੀ ਅਸੀਂ ਵੀ ਕਿਤੇ ਸੈਂਟਰਲ ਸਾਡੀ ਵੀ ਹਾਈ ਕਮਾਂਡ ਹੈਗੀ ਆ ਅਸੀਂ ਐ ਲਿਟਦੇ ਥੋੜਾ ਆਪਣੀ ਹਾਈ ਕਮਾਂਡ ਦੇ ਅੱਗੇ ਜਿਵੇਂ ਇਹ ਲਿਟ ਜਾਂਦੇ ਆ ਜਿੱਥੇ ਗਲਤ ਹੋਊਗਾ ਇਸੇ ਕਰਕੇ ਸ਼ਾਇਦ ਕੈਪਟਨ ਮਿੰਦਰ ਸਿੰਘ ਨੂੰ ਵੀ ਲੋਕਾਂ ਨੇ ਵੋਟਾਂ ਪਾਈਆਂ ਸੀ ਇਸੇ ਕਰਕੇ ਅਗਰ ਅਗਰ ਪਿਛਲੇ ਲੰਬੇ ਸਮੇਂ ਜੇਕਰ ਕਾਂਗਰਸ ਕੋਈ ਨੇ ਰਾਜਨੀਤੀ ਦੇ ਵਿੱਚ ਕੋਈ ਕਾਮਯਾਬ ਹੋਇਆ ਤਾਂ ਕੈਪਟਨ ਮਿੰਦਰ ਸਿੰਘ ਕਾਮਯ ਗੱਲ ਕਰਨੀ ਨਹੀਂ ਛੱਡੀ ਸੀ ਜਦੋਂ ਆ ਕੇ ਛੱਡੀ ਜਦੋਂ 2017 ਤੋਂ ਬਾਅਦ ਜਦੋਂ ਜਿੱਤੇ ਜਦੋਂ ਜਾ ਕੇ ਭਾਜਪਾ ਦੇ ਨਾਲ ਜੋ ਤਾਲਮੇਲ ਉਹਨਾਂ ਦਾ ਬਣ ਗਿਆ ਔਰ ਜਿਸ ਤਰੀਕੇ ਨਾਲ ਉਹ ਆਖਰੀ ਇਨਿੰਗਸ ਸੀ ਉਹਨਾਂ ਦੀ ਲੋਕਾਂ ਨੇ ਉਹਨਾਂ ਨੂੰ ਵੀ ਨਕਾਰਤਾ ਸੋ ਐਜ਼ ਅ ਪੰਜਾਬੀ ਹੋਣ ਦੇ ਤੌਰ ਦੇ ਉੱਤੇ ਮੇਰੇ ਮੈਨੂੰ ਤਕਲੀਫ ਹੁੰਦੀ ਹੈ ਵੀ ਜੇ ਬਾਹਰ ਲਿਆ ਕੇ ਆਪਣੇ ਸਾਡੇ ਰਿਸੋਰਸਸ ਸਾਡੀਆਂ ਬੋਰਡ ਦੀਆਂ ਚੇਅਰਮੈਨੀਆਂ ਸਾਡੇ ਬੱਚਿਆਂ ਦੇ ਹੱਕ ਸਾਡੇ ਨੌਜਵਾਨਾਂ ਦਾ ਹੱਕ ਉਹ ਮਾਰ ਕੇ ਇਹ ਬਾਹਰ ਲਿਆ ਕੇ ਡਾਕੇ ਮਾਰ ਕੇ ਇੱਥੇ ਬਹਿ ਜਾਣਾ ਔਰ ਬਾਹਰ ਵੀ ਉਹ ਹੀ ਲੈਣ ਸਾਡੇ ਪੰਜਾਬੀਆਂ ਨੂੰ ਵੀ ਦੇ ਦੋ ਉੱਥੇ ਸਟੇਕ ਹਮ ਪੰਜਾਬ ਦਾ ਵੀ ਸਟੇਕ ਆ ਜਦੋਂ ਫੌਜ ਵਿੱਚ ਪੰਜਾਬ ਦਾ ਸਟੇਕ ਸਪੋਰਟਸ ਵਿੱਚ ਪੰਜਾਬ ਦਾ ਸਟੇਕ ਡਰੱਗਸ ਨੇ ਸਾਡਾ ਨੌਜਵਾਨ ਖਤਮ ਕਰਤਾ ਜੇ ਰੋਜ਼ ਇੱਥੋਂ ਤਬੂਤ ਆਉਂਦੇ ਕਾਫੇ ਆਉਂਦੇ ਆ ਛੜੀ ਤਿਰੰਗੇ ਚ ਲਪੇਟ ਕੇ ਆਉਂਦੇ ਆ ਉੱਥੇ ਹੁਣ ਥੋੜੇ ਦਿਨ ਪਹਿਲਾਂ ਇੱਕ ਸ਼ੁਭ ਨੌਜਵਾਨ ਆ ਮੁੰਡਾ ਗਾਣਾ ਕਰ ਰਿਹਾ ਠੀਕ ਆ ਤੁਹਾਡੇ ਉੱਥੇ ਯੂਵਾ ਮੋਰਚਾ ਦੇ ਲੋਕ ਉਹਦਾ ਬੈਨਰ ਲਾਦੇ ਨੇ ਵੀ ਉਹਨੂੰ ਕਹਿਣ ਬਾਰ-ਬਾਰ ਵੀ ਇਹ ਖਾਲਸਤਾਨੀ ਹੈ ਮਤਲਬ ਜਿਹੜਾ ਵੀ ਕੋਈ ਬੰਦਾ ਪੱਗ ਬੰਦਾ ਵਾ ਜਿਹੜਾ ਵੀ ਕੋਈ ਬੰਦਾ ਨੋਰਮਲ ਨੌਜਵਾਨ ਆ ਜਿਹੜਾ ਆਪਣਾ ਨਾਮ ਕਮਾਰਿਆ ਵਾ ਦਿਲਜੀਤ ਉੱਥੇ ਕੁਚ ਕੁਚੇਲਾ ਕਰਕੇ ਇੱਕ 뮤직 ਫੈਸਟੀਵਲ ਸੀਗਾ ਉੱਥੇ ਪਹੁੰਚ ਜਾਂਦਾ ਇੱਥੋਂ ਭਾਜੀਪੀ ਵਾਲੇ ਇੱਥੋਂ ਸ਼ੁਰੂ ਹੋ ਜਾਂਦੇ ਆ ਉਧਰੋਂ ਭਾਜੀਪੀ ਵਾਲਿਆਂ ਦੀ ਇਹ ਲਾਈਨ ਆ ਉਧਰੋਂ ਆਮ ਆਦਮੀ ਪਾਰਟੀ ਵਾਲਿਆਂ ਦੀ ਇਹ ਲਾਈਨ ਆ ਲੇਕਿਨ ਸ਼ਾਇਦ ਆਪਣੇ ਆਪਣੇ ਲੋਕਾਂ ਨੂੰ ਔਰ ਫਿਰ ਵੀ ਅਸੀਂ ਮੈਂ ਤਾਂ ਜਖਰ ਸਾਹਿਬ ਤੇ ਨਾ ਉਹ ਸ਼ੋਭ ਮੁੰਡਾ ਵਾ ਪੰਜਾਬ ਪੰਜਾਬੀਅਤ ਦੀ ਤੁਸੀਂ ਜਖਰ ਸਾਹਿਬ ਗੱਲ ਕਰਦੇ ਜੇ ਤੁਹਾਡਾ ਸਤਿਕਾਰ ਆ ਠੀਕ ਆ ਸਾਨੂੰ ਪਤਾ ਲੇਕਿਨ ਤੁ ਤੁਹਾਡੇ ਮੂੰਹ ਤੇ ਕਿਉਂ ਚੁੱਪੀ ਪੈ ਗਈ ਤੁਹਾਨੂੰ ਉਹ ਸ਼ੋਭ ਮੁੰਡੇ ਦੇ ਉੱਤੇ ਜਿਹੜਾ ਆਪਣਾ ਕੀ ਕਹਿੰਦੇ ਸਿੰਗਰ ਹੈਗਾ ਵਾ ਜਿਹਦਾ ਬੰਬੇ ਚ ਇੱਡਾ ਵੱਡਾ ਸ਼ੋਅ ਸੀ ਕੈਨੇਡਾ ਚ ਨਾਮ ਕਮਾਰਿਆ ਵਾ ਵੀ ਸਿਰਫ ਉਸ ਮੁੰਡੇ ਦਾ ਇੱਕ ਕਸੂਰ ਆ ਵੀ ਉਹ ਪੱਗ ਬੰਦਾ ਔਰ ਉਹ ਪੰਜਾਬ ਦੀ ਗੱਲ ਕਰਦਾ ਅਗਰ ਕਿਸੇ ਨੇ ਪੰਜਾਬ ਦੀ ਗੱਲ ਦੀ ਗੱਲ ਕਰਤੀ ਵੀ ਪੰਜਾਬ ਚ ਕਹਿਤਾ ਵੀ ਅਸੀਂ ਵੀ ਕਹਿੰਦੇ ਆ 84 ਦਾ ਇਨਸਾਫ ਦੋ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਹਮ ਐਂਟੀ ਨੈਸ਼ਨਲ ਤੇ ਉਹਨਾਂ ਨੂੰ ਆਪਾਂ ਤਗਮੇ ਦੇ ਦੇਵੋ ਕਿ ਨਵਾਜ ਦਾਂਗੇ। ਹਮ ਇਹ ਢੀ ਹਰਾਨਕੀ ਦੀ ਗੱਲ ਆ ਭਾਜੀਪੀ ਦਾ ਯੂਵਾ ਮੋਰਚਾ ਉਹਨਾਂ ਨੂੰ ਬੇਰੋਜ਼ਗਾਰ ਨੌਜਵਾਨ ਨਹੀਂ ਵਿਖ ਰਿਆ ਉਹਨਾਂ ਨੂੰ ਮਨੀਪੁਰ ਨਹੀਂ ਵਿਖ ਰਿਆ ਉਹਨਾਂ ਨੂੰ ਜੰਮੂ ਕਸ਼ਮੀਰ ਨਹੀਂ ਵਿਖ ਰਿਆ ਉਹਨਾਂ ਨੂੰ ਇੱਥੇ ਜਿਹੜਾ ਆ ਆਪਣਾ ਕੀ ਕਹਿੰਦੇ ਇੱਕ ਪਾਸੇ ਤਬੂਤਾਂ 'ਚ ਲਿਪਟ ਕੇ ਤਿਰੰਗੇ ਦੇ ਵਿੱਚ ਲਾਸ਼ਾਂ ਆ ਰਹੀਆਂ ਉਹ ਨਹੀਂ ਵਿਖ ਰੀਆਂ ਤੁਸੀਂ ਆਪਣਾ G20 ਸੈਲੀਬ੍ਰੇਟ ਕਰ ਰਹੇ ਤੁਹਾਨੂੰ ਸਾਰਿਆਂ ਨੂੰ ਲੈ ਦੇ ਕੇ ਸ਼ੋਭਾ ਵਿਖਾਇਆ ਇੱਕ ਮੁੰਡਾ ਪੰਜਾਬੀ ਨੌਜਵਾਨ ਕਿਉਂਕਿ ਮੁੱਦੇ ਡਿਵਰਟ ਕਰਨੇ ਆ। ਹਮ ਕਿ ਪੰਜਾਬ ਨੂੰ ਕਿਸੇ ਵੀ ਹੱਕ ਦੇ ਵਿੱਚ ਖੜਾ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਜਿੱਦਨ ਪੰਜਾਬ ਖੜਾ ਹੋ ਜਾਂਦਾ ਫਿਰ ਜਦੋਂ ਜਾ ਕੇ ਦਿੱਲੀ ਦੀ ਬਰੂਹਾਂ ਤੇ ਬੈਠਾ ਸੀਗਾ ਫਿਰ ਉਹਨਾਂ ਨੂੰ ਲੋੜ ਨਹੀਂ ਪਈ ਕਿਸੇ ਦੀ ਨਾ ਉਹਨਾਂ ਨੂੰ ਸਰਕਾਰਾਂ ਦੀ ਲੋੜ ਸੀ ਤੇ ਨਾ ਉਹਨਾਂ ਨੂੰ ਕਿਸੇ ਹੋਰ ਦੀ ਲੋੜ ਸੀ ਔਰ ਉਹਨਾਂ ਨੇ ਦਿਖਾਤਾ ਸੀਗਾ ਮੋਦੀ ਨੂੰ ਵੀ ਮੋਦੀ ਕਿਵੇਂ ਝੁੱਕਦਾ ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜਿੱਥੇ ਭਾਜਪਾ ਨਾਲ ਲੜਾਈ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬੋਲ ਰਹੇ ਹੋ ਕੱਲ ਨੂੰ ਕਿਤੇ ਉਧਰੋਂ ਫਤਵਾ ਆ ਗਿਆ ਹਾਈ ਕਮਾਂਡ ਤੋਂ ਫਿਰ ਵੋਟਾਂ ਮੰਗਣ ਜਾਓਗੇ ਇਹਨਾਂ ਨਾਲ ਨਹੀਂ ਭਾਈ ਜੀ ਮੈਂ ਆਪਾਂ ਤਾਂ ਇਹਨਾਂ ਨਾਲ ਕੋਈ ਸਟੇਜਾਂ ਨਹੀਂ ਸਾਂਝੀਆਂ ਕਰਾਂਗੇ ਜੋ ਵੀ ਇਹਦਾ ਹੋ ਠੀਕਾ ਪਾਰਟੀ ਲਾਈਨ ਸਾਡੇ ਵਾਸਤੇ ਸੁਪਰੀਮ ਆ ਲੇਕਿਨ ਆਪਦੇ ਵੀ ਸੈਲਫ ਰਿਸਪੈਕਟ ਕਿਰਦਾਰ ਦੀ ਵੀ ਤਾਂ ਕੋਈ ਗੱਲ ਆ ਜਿੱਤੀ ਵੀ ਗੱਲ ਆ ਜਦੋਂ ਕਹਿ ਦਿੱਤਾ ਹੁਣ ਹੁਣ ਇਸ ਤੋਂ ਬਾਅਦ ਤਾਂ ਥੁੱਕ ਕੇ ਚੱਟਣ ਤੋਂ ਤਰੇ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਬਰਿੰਦਰ ਸਿੰਘ ਢਿੱਲੋਂ ਕਾਂਗਰਸ ਦੇ ਉਹ ਲੀਡਰ ਜਿਨ੍ਹਾਂ ਨਾਲ ਅਸੀਂ ਗੱਲਾਂ ਕੀਤੀਆਂ ਨੇ ਕਿ ਇਹਨਾਂ ਬਾਰੇ ਕਾਂਗਰਸ ਦੀ ਲੀਡਰ ਕੀ ਸੋਚਦੇ ਨੇ ਉਹਨਾਂ ਦਾ ਜਵਾਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੇ ਖੜੀ ਹੈ ਕਹਿ ਕੀ ਰਹੀ ਹੈ ਕਰ ਕੀ ਰਹੀ ਹੈ ਉਹਦੇ ਬਾਰੇ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਨਿੱਜੀ ਤੌਰ ਤੇ ਕੀ ਸੋਚਦੇ ਹੋ ਆਪਣੇ ਸੁਝਾਅ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ